ਸਾਤਰੀય ਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਕੋਈ ਸਿਆਸੀ ਮਾਹਰ ਪ੍ਰੋਫੈਸਰ ਮਨਦੀਪ ਸਿੰਘ ਜੀ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦੇ ਉੱਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸਖਿੰਦਰ ਜੀ ਧੰਨਵਾਦ ਆਖਿਰਕਾਰ ਕੇਂਦਰ ਸਰਕਾਰ ਜਿਹੜੀ ਹੈ ਉਹ ਆਪ ਦਿੱਲੀੋਂ ਚੱਲ ਕੇ ਚੰਡੀਗੜ੍ਹ ਚ ਪਹੁੰਚੀ ਹੈ ਕਿਸਾਨਾਂ ਦੇ ਨਾਲ ਗੱਲਬਾਤ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਸ ਮੀਟਿੰਗ 'ਚ ਸ਼ਾਮਲ ਹੋ ਰਹੇ ਨੇ ਡੱਲੇਵਾਲ ਸਾਹਿਬ ਕੇ ਸਰਵਣ ਸਿੰਘ ਬੰਧੀਰ ਦੇ ਨਾਮ ਤੋਂ ਜਿਹੜੀ ਚਿੱਠੀ ਨਿਕਲੀ ਹੈ ਪ੍ਰੋਫੈਸਰ ਬੜਾ ਦਿਲਚਸਪ ਪਜਾ ਮਤਲਬ ਕਿ ਇਹ ਸਾਰਾ ਕੁਝ ਨਜ਼ਰ ਆਉਂਦਾ ਹੈ ਸਿਆਸੀ ਕਿੱਸਾ ਕਹਿ ਲੋ ਜਾਂ ਜਿਸ ਵੀ ਢੰਗ ਦੇ ਨਾਲ ਕਿਸਾਨਾਂ ਦਾ ਪ੍ਰੈਸ਼ਰ ਕਹਿ ਲੋ ਕਿ ਨਾਲੇ ਤਾਂ ਤਿਆਰੀਆਂ ਚੱਲ ਰਹੀਆਂ ਕਿ ਰੋਕਣਾ ਤੇ ਨਾਲੇ ਉਧਰੋਂ ਕੇਂਦਰੀ ਮੰਤਰੀ ਜੇ ਪੰਜਾਬ ਆ ਲਾਉਂਦੇ ਨੇ ਤੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਵਹਿੰਦੇ ਨੇ ਤਾਂ ਪਿਕਚਰ ਜਿਹੜੀ ਆ ਉਹ ਕਾਫੀ ਸਾਫ਼ ਤੇ ਧੁੰਦਲੀ ਮਤਲਬ ਕਿ ਦੋਨੋਂ ਬਰਾਬਰ ਕਿਵੇਂ ਵੇਖੀਏ ਆਪ ਸਭ ਕੀ ਇਹ ਧੁੰਦਲਾ ਸਮਝੀਏ ਕਿ ਚੱਲ ਕੀ ਰਿਹਾ ਦੇਖੋ ਅਜੇ ਤੇ ਧੁੰਦਲੀ ਆ ਪਰ ਇਹ ਸਾਫ ਮੀਟਿੰਗ ਤੋਂ ਬਾਅਦ ਕੀ ਫੈਸਲੇ ਹੁੰਦੇ ਆ ਜਾਂ ਇਸ ਸਾਰੀ ਗੱਲ ਨੂੰ ਕਿੱਧਰ ਨੂੰ ਡਾਇਰੈਕਸ਼ਨ ਦਿੱਤੀ ਜਾਂਦੀ ਉਹ ਉੱਥੋਂ ਤੁਹਾਨੂੰ ਸਾਫ ਸਾਫ ਹੋ ਜਾਊਗਾ ਪਤਾ ਲੱਗ ਜਾਊਗਾ ਮੈਂ ਥਾਂ ਹੀ ਕਹਿ ਰਿਹਾ ਕਿ ਇੱਕ ਪਾਸੇ মিডিਆ ਜਿਹੜਾ ਜਿਹੜਾ ਗੋਦੀ মিডিਆ ਖਾਸ ਕਰਕੇ ਉਹ ਇੰਜ ਚਮਕਾਰ ਆ ਕੇ ਇੰਜ ਹੋ ਰੀਆਂ ਤਾਰਾਂ ਆ ਗਿਆ ਵੱਡੇ ਵੱਡੇ ਉਹ ਸੀਮੈਂਟ ਦੇ ਬਲਾਕਸ ਆ ਗਏ ਆ ਉਹ ਆਪਾਂ ਨੰਗਣ ਨਹੀਂ ਦੇਣਗੇ ਫਲਾਨੀ CRPF ਬੁਲਾ ਲਈ ਆ ਜਾਂ ਹੋਰ ਕੇਂਦਰੀ ਜਿਹੜੀਆਂ ਵੱਡੀਆਂ-ਵੱਡੀਆਂ ਡਿਫੈਂਸ ਫੋਰਸੇਜ਼ ਬੁਲਾ ਲਈਆਂ ਵੀ ਜਾਣੀ ਐਤ ਕੀ ਨੰਗਣ ਨਹੀਂ ਦੇਣਾ ਪਿਛਲੀ ਵਾਰ ਵਾਲੀ ਗਲਤੀ ਜਿਹੜੀ ਆ ਹਰਿਆਣੇ 'ਚ ਨਹੀਂ ਹੋਊਗੀ ਜਦੋਂ ਇਹ 13 ਤਰੀਕ ਨੂੰ ਕਿਸਾਨ ਜਾਣ ਜਾਣ ਦੀ ਕੋਸ਼ਿਸ਼ ਕਰਨਗੇ ਖਨੌਰੀ ਤੋਂ ਤੇ ਇਥੋਂ ਸ਼ੰਭੂ ਤੋਂ ਤੇ ਸ਼ਾਇਦ ਕਦੇ ਜਗ੍ਹਾ ਤੋਂ ਹੋਰ ਤੋਂ ਵੀ ਕਰਨਗੇ ਤਾਂ ਇਹਨਾਂ ਨੂੰ ਇੱਥੇ ਹੀ ਰੋਕਣਾ ਹੈ ਹੁਣ ਇਹ ਸਿਚੁਏਸ਼ਨ ਦਾ ਤੁਸੀਂ ਅਨਲਿਸਿਸ ਪਹਿਲਾਂ ਕਰੀਏ ਇਹਦਾ ਅਨਲਿਸਿਸ ਜੇ ਹੋਊਗਾ ਕਿ ਜੇ ਕਿਸਾਨ ਸੱਚੀ ਮੁਚੀ ਕਹਿੰਦੇ ਕਿ ਨਹੀਂ ਅਸੀਂ ਪਿਛਲੀ ਵਾਂਗ ਪਿਛਲੀ ਵਾਰ ਵਾਂਗੂੰ ਦਿਵੰਗੀ ਦਿਖਾਉਣੀ ਆ ਤਾਂ ਦੂਜੇ ਪਾਸੇ ਵੀ ਅੱਗੇ ਨਾਲੋਂ ਸਟੇਟ ਜ਼ਿਆਦਾ ਸਤਰਕ ਹੋਈ ਆ ਉਹ ਆਲਰੇਡੀ ਮੈਂ ਦੇਖ ਰਿਹਾ ਸੀ ਉਹ ਵੀ ਮੀਡੀਆ ਹੀ ਦਿਖਾ ਰਿਹਾ ਕਿ ਟਾਇਰ ਗੈਸ ਸ਼ੈਲਜ਼ ਦੀਆਂ ਇਹ ਰਿਆਸਲ ਕੀਤੀ ਜਾ ਰਹੀ ਆ ਕਿ ਕਿਵੇਂ ਕਿਵੇਂ ਕਿੱਡੀ ਦੂਰ ਕਿਵੇਂ ਚਲਾਉਣਾ ਆ ਵੱਡੇ ਪੱਧਰ ਤੇ ਟਾਇਰ ਗੈਸ ਕੇ ਮੇਚ ਲਾਉਣੀ ਆ ਜਲ ਤੋਪਾਂ ਦੀ ਰਿਹਾਸਲ ਕਰਕੇ ਦੋਦਾ ਦਿਖਾਇਆ ਜਾ ਰਿਹਾ ਕਿ ਉਧਰ ਵੀ ਮਸ਼ਕਾਂ ਪੂਰੀਆਂ ਹੋ ਰਹੀਆਂ ਇਧਰ ਵੀ ਟਰੈਕਟਰਾਂ ਦੀ ਮੋਬਿਲਾਈਜੇਸ਼ਨ ਹੋ ਰਹੀ ਹੈ ਹੁਣ ਜੇ ਇਹ ਟਕਰਾਓ ਵਾਲੀ ਗੱਲ ਹੁੰਦੀ ਆ ਉਹਦਾ ਕਿਸਾਨਾਂ ਨੂੰ ਕੁਦਰਤੀ ਆ ਮੈਂ ਤੇ ਸਮਝੂਗਾ ਕਿ ਨੁਕਸਾਨ ਹੋਊਗਾ ਉਸ ਮੂਵਮੈਂਟ ਨੂੰ ਨੁਕਸਾਨ ਹੋਊਗਾ ਤੁਸੀਂ ਇੱਕ ਨਵੇਂ ਚੱਕਰ ਚ ਫਸ ਜਾਓਗੇ ਕੇ ਇਸ ਮੰਨ ਗਏ ਸੱਟਾਂ ਲਗਣੀਆਂ ਕੇ ਇਸ ਵਾਪਸ ਲਾਓ ਉਸ ਪਾਸੇ ਨੂੰ ਚੱਲੂਗਾ ਜੇ ਇਹ ਪਿਛਲੀ ਵਾਰ ਵਾਂਗੂ ਕਿਸਾਨ ਸਿਆਣਪ ਕਰਕੇ ਜੇ ਇਹਨਾਂ ਨੂੰ ਰੋਕਦੇ ਆ ਤੇ ਰੁਕ ਜਾਣਗੇ ਜਿਹੜਾ ਪਿਛਲੀ ਵਾਰੀ ਵੀ ਇਹਨਾਂ ਦਾ ਫੈਸਲਾ ਇਹ ਹੋਈ ਸੀ ਕਿਸਾਨ ਲੀਡਰਸ਼ਿਪ ਦਾ ਕਿ ਜਿੱਥੇ ਸਾਨੂੰ ਰੋਕਿਆ ਸੀ ਰੁਕ ਜਾਣਾ ਅਲਟੀਮੇਟਲੀ ਹੋਇਆ ਵੀ ਉਹੋ ਹੀ ਜਦੋਂ ਜੀਟੀ ਰੋਡ ਤੇ ਵੱਡੇ ਪੱਦਰ ਤੇ ਰੁਕਿਆ ਤੇ ਫਿਰ ਜੀਟੀ ਰੋਡ ਤੇ ਹੀ ਬੈਠ ਗਏ ਅਸੀਂ ਵੀ ਰਕਮਾਉਣ ਵਾਲਿਆਂ ਚ ਸੀ ਫਰੰਟ ਦੇ ਉੱਤੇ ਇਸ ਲਈ ਸੁਖਵਿੰਦਰ ਇਹ ਇਸ ਤਰ੍ਹਾਂ ਜੇ ਸਿਆਣਪ ਦੇਖੀ ਜਾਵੇ ਮੈਂ ਹੁਣ ਕੰਟੈਕਸਟ ਜਿਹੜੀ ਤੁਸੀਂ ਸਵਾਲ ਕਰ ਰਹੇ ਹੋ ਉਹਦੇ ਚ ਕਰ ਰਿਹਾ ਹਾਂ ਕਿ ਫੇਰ ਇਹਦਾ ਮਤਲਬ ਜਿਹੜੀਆਂ ਫੌਜਾਂ ਆ ਉਹ ਜੀਟੀ ਰੋਡ ਤੇ ਬੈਠ ਜਾਣਗੀਆਂ ਦੋਹੀ ਪਾਸੇ ਪੰਜਾਬ ਦੇ ਵਿੱਚ ਤੇ ਉਧਰ ਖਨੌਰੀ ਤੇ ਤੇ ਤੀਜੀ ਇੱਕ ਹੋਰ ਕਿਸੇ ਬਾਰਡਰ ਤੋਂ ਮੂਵ ਕਰਨਾ ਚਾਹੁੰਦੇ ਆ ਉੱਥੇ ਬੈਠ ਜਾਣਗੇ ਵੱਡੇ ਪੱਧਰ ਤੇ ਤੇ ਪੰਜਾਬ ਸਰਕਾਰ ਲਈ ਸਿਰਦਰਦੀ ਹੋ ਜੂਗੀ ਇਹ ਸਿਰਦਰਦੀ ਦਿੱਲੀ ਵੱਲ ਨੂੰ ਚਲਾਉਣਾ ਚਾਹੁੰਦੇ ਆ ਤੂੰ ਉੱਥੇ ਜਾ ਕੇ ਕਰੋ ਜੋ ਵੀ ਕਰਨਾ ਠੋਕਾ ਠਾਕੀ ਜੋ ਵੀ ਆਪਣੀਆਂ ਗੱਲਾਂ ਕਰੋ ਅੱਜ ਤੁਸੀਂ ਦੇਖਿਆ ਵੱਡਾ ਮਜਾਰਾ ਨੋਇਡਾ ਵੱਲੋਂ ਇਹ ਇਥੇ ਹੋ ਹੀ ਰਿਹਾ ਸੀਗਾ ਹਜ਼ਾਰਾਂ ਕਿਸਾਨ ਪਹੁੰਚੇ ਸੀ ਉਹ ਕਹਿੰਦੇ ਅੱਗੇ ਜਾਣਾ ਉਹ ਕਹਿੰਦੇ ਅਸੀਂ ਬੈਰੀਕੇਡ ਕਰਕੇ ਅਸੀਂ ਅੱਗੇ ਨੰਗਣ ਨਹੀਂ ਦੇਣਾ ਇਹ ਖਿੱਚਾ ਧਾਣ ਪਹਿਲਾਂ ਹੀ ਸ਼ੁਰੂਆਤ ਉਹਦੀ ਹੋ ਚੁੱਕੀ ਹੈ ਮੈਨੂੰ ਲੱਗਦਾ ਭਗਵੰਤ ਮਾਨ ਨੂੰ ਦਾ ਇਸ ਗੱਲ 'ਚ ਹਿੱਤ ਹੋਊਗਾ ਕਿ ਕੋਈ ਨਾ ਕੋਈ ਵਾਇਆ ਮੀਡੀਆ ਨਿਕਲ ਆਏ ਔਰ ਕੋਈ ਬਹੁਤਾ ਤਿੱਖਾਪਨ ਆਪਸ ਵਿੱਚ ਟਕਰਾਓ ਵਾਲੀ ਸਥਿਤੀ ਨਾ ਬਣੇ ਜੇ ਬਣ ਗਈ ਤਾਂ ਉਹਦੇ ਵਿੱਚ ਪੰਜਾਬ ਸਰਕਾਰ ਦੀ ਪੁਲਿਸ ਨੂੰ ਜਾਂ ਹੋਰ ਨੂੰ ਵੀ ਕੁਝ ਇਹੋ ਜਿਹੇ ਐਕਸ਼ਨ ਕਰਨੇ ਪੈ ਸਕਦੇ ਆ ਜਿਹੜੇ ਕਿ ਰਾਜਨੀਤਿਕ ਤੌਰ ਤੇ ਪੰਜਾਬ ਸਰਕਾਰ ਲਈ ਵੀ ਬੜੇ ਮਹਿੰਗੇ ਪੈ ਸਕਦੇ ਆ ਹਰਿਆਣਾ ਸਰਕਾਰ ਨੂੰ ਤੇ ਉਹ ਕਰਨੇ ਹੀ ਪੈਣਗੇ ਕਿਉਂਕਿ ਉਹ ਕੇਂਦਰੀ ਜਿਹੜੀ ਪਾਰਟੀ ਹੈਗੀ ਹੈ ਭਾਜਪਾ ਦੀ ਰੂਲਿੰਗ ਪਾਰਟੀ ਕੇਂਦਰ ਦੇ ਵਿੱਚ ਉਹਨਾਂ ਦੀ ਆਪਣੀ ਸਰਕਾਰ ਆ ਖੱਟਰ ਸਾਹਿਬ ਦੀ ਤੇ ਕੁਦਰਤੀ ਆ ਉਹਨਾਂ ਦੇ ਉੱਤੇ ਤੇ ਉਹਨਾਂ ਦੇ ਆਰਡਰ ਵੀ ਚੱਲਣਗੇ ਅਗਲੀ ਗੱਲ ਜਿਹੜੀ ਮੈਨੂੰ ਲੱਗਦੀ ਆ ਕਿ ਮੰਨ ਲਓ ਹੁਣ ਇਨ੍ਹਾਂ ਗੱਲਾਂ ਦੇ ਵਿੱਚ ਇਸ ਕਿਸਮ ਦੀਆਂ ਗੱਲਾਂ ਵੀ ਆ ਵੀ ਮੰਨ ਲਿਆ ਆ ਵੀ ਮੰਨ ਲਿਆ ਜਿਵੇਂ ਭਗਵੰਤ ਮਾਨ ਹੁਣੀ ਕਰਦੇ ਹੀ ਹੁੰਦੇ ਆ ਵੀ ਆ ਗੱਲ ਕਰਤੀ ਆ ਗੱਲ ਕਰਤੀ ਤੇ ਫੇਰ ਕਿਸਾਨ ਜਿਹੜੇ ਲੱਡੂ ਖਾ ਕੇ ਵਾਪਸ ਆ ਜਾਂਦੇ ਆ ਪੰਦੇਰ ਸਾਹਿਬ ਵੀ ਤੇ ਡੱਲੇਵਾਲ ਹੁਣ ਵੀ ਲਓ ਜੀ ਗੱਲਾਂ ਤੇ ਬਹੁਤ ਸੀਗੀਆਂ ਅਸੀਂ ਤਿਆਰੀਆਂ ਤੇ ਪੂਰੀਆਂ ਕੀਤੀਆਂ ਸੀਗੀਆਂ ਪਰ ਕੇਂਦਰ ਦੀ ਸਰਕਾਰ ਖੁਦ ਚੱਲ ਕੇ ਆ ਕੇ ਸਾਡੇ ਪੈ ਗਈ ਤੇ ਸਾਨੂੰ ਹਾਂ ਗੋਡੀ ਹੱਥ ਲਾਤਾ ਉਹਨਾਂ ਨੇ ਵੀ ਨਾ ਬਾਬੇ ਉਹ ਤੁਸੀਂ ਸਾਨੂੰ ਬਖਸ਼ੋ ਪਹਿਲਾਂ ਹੀ ਸਾਡੇ ਪ੍ਰਧਾਨ ਮੰਤਰੀ ਨੂੰ ਢਾ ਲਿਆ ਸੀ ਤੁਸੀਂ ਹੁਣ بار بار ਇਹ ਕੰਮ ਦਿੱਲੀ ਜਿੱਤਣ ਵਾਲਾ ਨਾ ਕਰੋ ਤੇ ਉੱਥੇ ਸਾਨੂੰ ਤਿਆਰੀਆਂ ਆਪਣੀਆਂ ਚੋਣਾਂ ਦੀਆਂ ਕਰ ਲਿਓ ਉੱਥੇ ਪਹਿਲਾਂ ਹੀ ਬਹੁਤ ਕੰਮ ਲੱਗਿਆ ਹੋਇਆ ਸਾਊਦੀਆਂ ਸਟੇਟਾਂ 'ਚ ਮਿਨਿਸਟਰ ਆ ਕੇ ਉੱਥੇ ਲਾਲਾ ਲਾਲਾ ਕਰੀ ਫਿਰਦੇ ਆਏ ਤੇ ਇਸ ਲਈ ਤੁਸੀਂ ਨਵਾਂ ਫਰੰਟ ਕਿਸਾਨ ਜਿਹੜਾ ਨਾ ਖੋਲੋ ਤੇ ਇਹਦਾ ਮਤਲਬ ਇਹ ਹੋਊਗਾ ਕਿ ਫੇਰ ਆਪਾਂ ਦੂਜਾ ਉਦਾ ਅਰਥ ਬਾਅਦ ਵਿੱਚ ਕੱਢ ਲਾਂਗੇ ਕਿ ਕੀ ਹੁੰਦਾ ਆ ਆਪਾਂ ਪਹਿਲੇ ਸਾਰੀਆਂ ਗੱਲਾਂ ਇਹਨਾਂ ਦਾ ਇੱਕ ਕਿਸਮ ਦਾ ਦੇਖ ਲਈਏ ਕਿ ਨਿਚੂੜ ਆਉਂਦਾ ਕੀ ਆ ਸਾਡੇ ਸਾਹਮਣੇ ਤੇ ਜਿਵੇਂ ਜਿਵੇਂ 13 ਤਰੀਕ ਨੇੜੇ ਆਉਂਦੀ ਹੈ ਪ੍ਰੋਫੈਸਰ ਇਹਦੇ ਵਿੱਚ ਇਹ ਆ ਕਿ ਜਿਹੜਾ ਜਿਵੇਂ ਉਹ ਨੌਇਡਾ ਵਾਲੇ ਆਏ ਤੇ ਉਧਰ ਕੋਈ ਨੇਗੋਸ਼ੀਏਸ਼ਨ ਜਾਂ ਉਧਰ ਨਹੀਂ ਕੇਂਦਰੀ ਮੰਤਰੀ ਜਾਂਦੇ ਨਜ਼ਰ ਆਏ ਇਧਰੋਂ ਟਿਕਰੀ ਬਾਰਡਰ ਤੋਂ ਜਿਹੜੇ ਇੰਡਸਟਰੀ ਡਿਸਟ ਨੇ ਹੋ ਪਹੁੰਚ ਕੇ ਆਪਣੇ ਮੰਗ ਪੱਤਰ ਲੈ ਕੇ ਜਾਂ ਹਰਿਆਣੇ ਦੇ ਵਿੱਚ ਜਿਵੇਂ ਸ਼ਕੰਜਾ ਕੱਸਿਆ ਜਾ ਰਿਹਾ ਜਾਂ ਹੋਰ ਵੀ ਇਧਰੋਂ ਉਧਰੋਂ ਕਿ ਉਹ ਹੋਰ ਲੀਡਰ ਸੱਦ ਕੇ ਤੇ ਚੰਡੀਗੜ੍ਹ 'ਚ ਮੀਟਿੰਗ ਇਹਦਾ ਕੀ ਮਤਲਬ ਸਮਝਿਆ ਜਾਵੇ ਕਿ ਨਾਲੇ ਨਾਲੋਂ ਨਾਲ ਪ੍ਰੈਸ਼ਰ ਵੀ ਬਣ ਰਿਹਾ ਮੰਗ ਪੱਤਰ ਵੀ ਲਏ ਜਾ ਰਹੇ ਨੇ ਫਿਰ ਸਿਰਫ ਪੰਜਾਬ ਵਾਲਿਆਂ ਨਾਲ ਨੇਗੋਸ਼ੀਏਸ਼ਨ ਜਾਂ ਹਰਿਆਣੇ ਦੇ ਜਿਹੜੇ ਲੀਡਰ ਨਾਲ ਨੇ ਉਹਨਾਂ ਨਾਲ ਉਧਰ ਨੌਇਡਾ ਵਾਲਿਆਂ ਨਾਲ ਉਹ ਗੱਲ ਕਿਉਂ ਨਹੀਂ ਹੋ ਰਹੀ ਆਖਿਰਕਾਰ ਕੀ ਸਮਝਿਆ ਜਾਵੇ ਸੀਨ ਨੂੰ ਸਾਰੇ ਇੱਕ ਇੱਕ ਗੱਲ ਤੇ ਆਪਾਂ ਨੂੰ ਸਮਝਣੀ ਚਾਹੀਦੀ ਹੈ ਕਿ ਉਹ ਰੀਕ੍ਰੀਏਟ ਸੀਨ ਨਹੀਂ ਹੋਊਗਾ ਜੋ ਪਿਛਲੀ ਵਾਰੀ ਹੋਇਆ। ਪਿਛਲੀ ਵਾਰੀ ਇਹ ਸਾਰਾ ਕੁਝ ਹੋਣ ਤੋਂ ਪਹਿਲਾਂ ਨੰਬਰ 1 ਸਾਰੇ ਕਿਸਾਨ ਇਕੱਠੇ ਸੀ। ਨੰਬਰ 2 ਉਹਦੀਆਂ ਮਸ਼ਕਾਂ ਰੇਲ ਰੋਕੋ ਸੜਕਾਂ ਰੋਕੋ ਬਹੁਤ ਪਹਿਲਾਂ ਪੰਜਾਬ ਦੇ ਵਿੱਚ ਮੋਬਿਲਾਈਜੇਸ਼ਨ ਹੋ ਚੁੱਕੀ ਸੀ। ਹੁਣ ਇਹ ਤਿੰਨ ਧੜਿਆਂ 'ਚ ਹੈਗੇ ਆ ਇੱਕ ਪੁਰਾਣਾ ਐਸਕੇਮ ਹੈਗਾ ਜਿਹਦੇ ਚ ਡਾਕਟਰ ਦਰਸ਼ਨਪਾਲ ਹੁਣੀ ਅਜੇ ਵੀ ਕਨਵੀਨਰ ਹੈਗੇ ਆ ਰਾਜੇਵਾਲ ਹੁਣੀ ਵੀ ਉਹਨਾਂ 'ਚ ਸ਼ਾਮਲ ਹੋ ਗਿਆ। ਮੇਰਾ ਖਿਆਲ ਹੈ ਕਿ ਜਿਹੜਾ ਤੀਜਾ ਧਿਰ ਅਗਰਾਹਾ ਉਹ ਵੀ ਆਪਣਾ ਅਜੇ 98 ਬਣਾਈ ਰੱਖਿਆ ਉਹਨਾਂ ਨੇ ਵੀ ਇੰਨਾ ਡੱਲੇਵਾਲ ਹੋਣਾਂ ਦੇ ਨਾਲ ਤੁਰਨ ਦਾ ਕੋਈ ਬਹੁਤਾ ਫੈਸਲਾ ਨਹੀਂ ਕੀਤਾ ਲੱਗਦਾ ਜੋ ਮੈਨੂੰ ਜਿੰਨੀ ਕ ਗੱਲ ਲੱਗਦੀ ਹੈ ਜਿੱਥੇ ਤੱਕ ਪੰθεਰ ਹੋਣੀ ਤੇ ਡੱਲੇਵਾਲ ਹੋਣਾ ਇਹ ਦੋ ਵੱਡੇ ਧੜੇ ਇਹਨਾਂ ਦੇ ਆਪੋ ਆਪਣੇ ਖੇਮੇ ਨਾਲ ਯੂਨੀਅਨਾਂ ਮਿਲਾ ਕੇ ਇਕੱਠੇ ਜਾਣ ਦੀ ਕੋਸ਼ਿਸ਼ ਕਰ ਰਹੇ ਹੈਗੇ ਇਸ ਲਈ ਉਹ ਹਾਲਾਤ ਦੁਬਾਰਾ ਨਹੀਂ ਪੈਦਾ ਹੋ ਸਕਦੇ ਉਦੋਂ ਤੇ ਇੱਕ ਕਿਸਮ ਦੀ ਉਹ ਫੂਰੀਆ ਇੰਨਾ ਜ਼ਿਆਦਾ ਸੀ ਉਦੋਂ ਜੋਸ਼ ਇੰਨਾ ਜ਼ਿਆਦਾ ਸੀ ਤੇ ਲੋਕਾਂ ਦੇ ਮਨ ਵਿੱਚ ਪਹਿਲੇ ਹੀ ਲੱਗਦਾ ਸੀ ਕਿ ਕਿਸਾਨਾਂ ਨਾਲ ਬਹੁਤ ਤੱਕਾ ਹੋ ਰਿਹਾ ਔਰ ਸਭ ਤੋਂ ਵੱਡੀ ਯੂਨਾਈਟਿੰਗ ਫੈਕਟਰ ਇਹ ਸੀ ਕਿ ਕਿਸਾਨਾਂ ਨੂੰ ਉਜਾੜ ਕੇ ਜ਼ਮੀਨਾਂ ਤੇ ਕਬਜ਼ਾ ਕਰਨ ਲਈ ਕਾਨੂੰਨ ਆ ਗਏ ਨਵੇਂ ਉਹ ਇੱਕ ਬਹੁਤ ਵੱਡਾ ਭੈ ਤੇ ਡਰ ਸੀ ਜਿਸ ਨੇ ਸਾਰੇ ਮਿਟਮਟਾਬ ਖਤਮ ਕਰਕੇ ਸਾਰੇ ਮਿਟਮਟਾਬ ਕਰ ਦਿੱਤੇ ਸਾਰੀਆਂ ਜਿਹੜੇ ਫਰਕ ਸੀ ਉਹਨਾਂ ਨੂੰ ਦੂਰ ਕਰਕੇ ਤੇ ਆਪਣਾ ਸਾਰੇ ਕਿਸਾਨਾਂ ਨੂੰ ਇੱਕ ਜਗ੍ਹਾ ਤੇ ਇੱਕ ਪਲੇਟਫਾਰਮ ਤੇ ਲੈ ਆਂਦਾ ਹੁਣ ਇਦੇ ਚ ਮੰਗਾਂ ਤੇ ਹੈ ਹੀ ਹੈ ਪਰ ਮੰਗਾਂ ਦੇ ਬਹਾਨੇ ਖੇਮਿਆਂ ਦੀ ਰਾਜਨੀਤੀ ਵੀ ਹੈ ਉਹਦੇ ਚ ਇਸ ਲਈ ਇਹ ਉਸ ਕਿਸਮ ਦਾ ਤੇ ਨਹੀਂ ਹੋਊਗਾ ਹੁਣ ਦੇਖਣ ਵਾਲੀ ਗੱਲ ਹੈ ਕਿ ਆਪਾਂ ਜਦੋਂ ਪਹਿਲਾਂ ਆਪਾਂ ਕੁਝ ਨਾ ਕਰੀਏ ਪਰ ਇਹ ਗੱਲ ਤੁਹਾਡਾ ਪੁਆਇੰਟ ਬਹੁਤ ਤਕੜਾ ਆ ਕਿ ਉਧਰੋਂ ਡਰੇ ਫਿਰਦੇ ਆ ਬਾਦਰਗੜ੍ਹ ਦੇ ਸਾਰੇ ਇੰਡਸਟਰੀਅਲਿਸਟ ਕਿਉਂਕਿ ਉਹਨਾਂ ਦੀ ਇੰਡਸਟਰੀ ਦਾ ਪੱਠਾ ਬਹਿ ਗਿਆ ਹੈ ਉੱਥੇ 16 ਕਿਲੋਮੀਟਰ ਲੰਬੀ ਮਾਰ ਕਿਸਾਨਾਂ ਦੀ ਉੱਥੇ ਟਰਾਲੀਆਂ ਜਿਵੇਂ ਕਿਤੇ ਬਖਤਰਬੰਦ ਗੱਡੀਆਂ ਖੜੀਆਂ ਆਉਂਦੀਆਂ ਸ਼ੌਣੀ ਪਈ ਰਹੀ ਹੈ ਔਰ 13 ਮਹੀਨੇ ਪਈ ਰਹੀ ਹੈ ਉਹਨਾਂ ਦਾ ਪੱਠਾ ਬੈਠ ਗਿਆ ਉਹ ਕਹਿੰਦੇ ਬਾਬਾ ਸਾਨੂੰ ਹੁਣ ਬਚਾਓ ਇਹਨਾਂ ਨੂੰ ਉੱਥੇ ਹੀ ਰੋਕੋ ਇਹ ਜਦੋਂ ਹਮਲਾ ਕਰਕੇ ਆ ਜਾਂਦੇ ਆ ਇਸ ਪਾਸਿਓਂ ਬਾਰਡਰ ਵੱਲੋਂ ਤਾਂ ਫੇਰ ਸਾਡਾ ਜਿਹੜੇ ਤੁਰੇ ਹੀ ਜਾਂਦੇ ਆ ਰੁਕਦੇ ਨਹੀਂ ਇਹਨਾਂ ਨੂੰ ਫੇਰ ਬੜਾ ਔਖਾ ਹੋ ਜਾਂਦਾ ਰੋਕਣਾ ਇਹਨਾਂ ਨੂੰ ਉੱਥੇ ਹੀ ਰੋਕੋ ਇੱਕ ਤੇ ਉਹਨਾਂ ਵੱਲੋਂ ਕੁਦਰਤੀ ਹੈ ਦੂਜੇ ਪਾਸੇ ਜਿਹੜੇ ਯੂਪੀ ਦਾ ਤੇ ਬਾਰਡਰ ਹੀ ਨਾਲ ਲੱਗਦਾ ਨਾ ਬਿਲਕੁਲ ਜਿੱਦਾਂ ਹਰਿਆਣੇ ਦਾ ਬਾਰਡਰ ਦਿੱਲੀ ਨਾਲ ਲੱਗਦਾ ਉਹ ਉੱਥੇ ਤੱਕ ਤੇ ਰਾਮਨਾ ਆ ਹੀ ਸਕਦੇ ਉਹ ਆਏ ਆ ਅੱਗੇ ਉਹਨਾਂ ਨੂੰ ਦਿੱਲੀ ਚ ਨਹੀਂ ਵਾਟਨ ਦਿੱਤਾ ਜਾ ਰਿਹਾ ਉਹ ਇੱਕ ਆਪਣੇ ਤੌਰ ਤੇ ਸ਼ਕਤੀ ਪ੍ਰਦਰਸ਼ਨ ਹੈ ਹੋ ਸਕਦਾ ਉਹਨਾਂ ਨਾਲ ਵੀ ਕੋਈ ਗੱਲਬਾਤ ਹੋ ਜੇ ਇੱਕ ਤੀਜੀ ਗੱਲ ਜਿਹੜੀ ਤੁਹਾਨੂੰ ਨਾਲ ਕਿਸਾਨਾਂ ਦੇ ਜੁੜਦੀ ਗੱਲ ਹੀ ਹੈ ਕਿ ਜਿਹੜੀਆਂ ਹਰਿਆਣੇ ਵਾਲੀਆਂ ਕਿਸਾਨ ਯੂਨੀਅਨਾਂ ਜਿਹੜੀਆਂ ਇਹਨਾਂ ਦੇ ਨਾਲ ਹੈਗੀਆਂ ਇਸ ਖੇਮੇ ਦੇ ਨਾਲ ਹੈਗੀਆਂ ਨਾਨ ਪੋਲੀਟੀਕਲ ਐਸਕੇਐਮ ਦੇ ਨਾਲ ਢੱਲੇ ਵਾਲ ਉਹਨਾਂ ਨੇ ਕਿਹਾ ਸੀ ਚਿੰਤਾ ਨਾ ਕਰੋ ਅਸੀਂ ਇਸ ਪਾਸੇ ਦਬਾਅ ਪਾਵਾਂਗੇ ਜਿਵੇਂ ਅੱਗੇ ਚੜੂਨੀ ਹੋਣਾ ਨੇ ਅੱਗੇ-ਅੱਗੇ ਲਾ ਕੇ ਲੈ ਗਏ ਸੀਗੇ ਇਹਨਾਂ ਨੂੰ ਪੰਜਾਬੀਆਂ ਨੂੰ ਕਿ ਜੇ ਜਦੋਂ ਉੱਥੇ ਰੋਕ ਲਾਉਂਦੇ ਸੀ ਵੀ ਤੁਸੀਂ ਫਿਕਰ ਨਾ ਕਰੋ ਅਸੀਂ ਇਧਰੋਂ ਦਬਾਅ ਪਾਵਾਂਗੇ ਅਸੀਂ ਉਧਰੋਂ ਪਾਵਾਂਗੇ ਮੈਨੂੰ ਉਹ ਵੀ ਉਸ ਗੱਲ ਤੇ ਵੀ ਐਤਕੀ ਸ਼ੰਕਾ ਕਿ ਉਧਰ ਵੀ ਦਬਾ ਕੇ ਨਾ ਚੱਲਣ ਦੇਣਗੇ ਕਿਉਂਕਿ ਜਮਨਾ ਨਗਰ ਦਾ ਦੇਖੋ ਮੇਰਾ ਖਿਆਲ ਉੱਥੇ ਜਾਂ ਹੋਰ ਅੰਮਾਲਾ ਜਾਇ ਇਸ ਸੀਰੀਏ ਦੇ ਵਿੱਚ ਕੁਝ ਯੂਨੀਅਨ ਦੇ ਲੀਡਰਾਂ ਨੂੰ ਨੋਟਿਸ ਜਾਰੀ ਹੋ ਗਿਆ ਮਤਲਬ ਜਿਹੜੇ ਤਸ਼ੱਦਦ ਕਹਿ ਲੋ ਤੁਸੀਂ ਜਿਹੜੇ ਰਿਪਰੈਸਿਵ ਤਰੀਕੇ ਹੁੰਦੇ ਆ ਦਬਾਉਣ ਵਾਲੇ ਦਮਨਕਾਰੀ ਨੀਤੀਆਂ ਜਿਹਨੂੰ ਪੰਜਾਬੀ ਚ ਕਹਿੰਦੇ ਆ ਉਹ ਸਰਕਾਰ ਨੇ ਹੁਣ ਤੋਂ ਹੀ ਇਹਨਾਂ ਲੀਡਰਾਂ ਦੇ ਵਿਰੋਧ ਅਪਣਾਉਣੀਆਂ ਸ਼ੁਰੂ ਕਰ ਦਿੱਤੀਆਂ ਇਹ ਵੀ ਹੋ ਸਕਦਾ ਕਿ ਕਿਸੇ ਨਾ ਕਿਸੇ ਕਿਸਮ ਦੇ ਅਰੈਸਟ ਵਗੈਰਾ ਉਦੋਂ ਪਹਿਲਾਂ ਇਹਦੋਂ ਪਹਿਲਾਂ ਕਿ ਉਹ ਉੱਥੇ ਕਨਫਰੋਂਟੇਸ਼ਨ ਦੇ ਵਿੱਚ ਅੱਗੇ ਵਧਣ ਤੇ ਬਹੁਤ ਸਾਰੇ ਲੀਡਰਾਂ ਦੀਆਂ ਕੋਈ ਅਰੇਸਟਾਂ ਪੈ ਜਾਣ ਜਾਂ ਉਹਨਾਂ ਨੂੰ ਹਾਊਸ ਅਰੇਸਟ ਕਰਤਾ ਜਾਏ ਕੁਝ ਵੀ ਹੋ ਸਕਦਾ ਇਹ ਕੰਮ ਹੈ ਕਿ ਪਿਛਲੀ ਵਾਰ ਵਾਂਗੂ ਜਿੱਤਰਾ ਚੜ੍ਹਾਈ ਤੇ ਗਿਆ ਸੀਗਾ ਉਹਨਾਂ ਸੌਖਾ ਨਹੀਂ ਹੋਊਗਾ ਬਿਲਕੁਲ ਬਿਲਕੁਲ ਉਧਰਲੇ ਪਾਸੇ ਪ੍ਰੋਫੈਸਰ ਉਹਨੂੰ ਚਲੋ ਭਗਵੰਤ ਮਾਨ ਸਾਹਿਬ ਮੀਟਿੰਗ ਦੇ ਵਿੱਚ ਹੋਣਗੇ ਕੇਂਦਰੀ ਮੰਤਰੀ ਨਾਲ ਬੈਠੇ ਹੋਣਗੇ ਤੇ ਇਹ ਜੰਤਰ ਮੰਤਰ ਦੀ ਉੱਤੇ ਧਰਨਾ ਪ੍ਰਦਰਸ਼ਨ ਇਹਨਾਂ ਨੇ ਜਿਸ ਢੰਗ ਨਾਲ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਜਾਂ ਭਗਵੰਤ ਮਾਨ ਸਾਹਿਬ ਇਹ ਉੱਥੇ ਜਾ ਕੇ ਕੇਂਦਰ ਨੂੰ ਪੂਰਾ ਭੰਡ ਗਿਆ ਦੱਸ ਕੇ ਆਏ ਕਿ ਕੇਂਦਰ ਨੇ ਕਿਵੇਂ ਪੰਜਾਬ ਨਾਲ ਧੱਕਾ ਕੀਤਾ ਹੈ ਫੰਡ ਰੋਕਣੇ ਉਹ ਸਾਰਾ ਕੁਝ ਉਹਨਾਂ ਨੇ ਜਾ ਕੇ ਚਿੱਠਾ ਉੱਤੇ ਦਿਖਾ ਦਿੱਤਾ ਉਧਰੋਂ ਥੋੜੇ ਦਿਨ ਪਹਿਲਾਂ ਇਹ ਭਾਜੀਪੀ ਦੇ ਉੱਤੇ ਦਫ਼ਤਰ ਚੋਂ ਉਧਰ ਵੀ ਘਰਾਉ ਕੀਤਾ ਉਹ ਵੀ ਇੱਕ ਬਹੁਤ ਵੱਡੇ ਪੱਧਰ ਤੇ ਪ੍ਰਦਰਸ਼ਨ ਰਿਹਾ ਇਹਨਾਂ ਦੇ ਕਾਂਗਰਸ ਵਾਲੇ ਵੀ ਲੱਗੇ ਹੋਏ ਨੇ ਤੇ ਚੰਡੀਗੜ੍ਹ ਤੋਂ ਪ੍ਰਦਰਸ਼ਨ ਕਰਦੇ ਨੇ ਮੇਅਰ ਦੀ ਇਲੈਕਸ਼ਨ ਨੂੰ ਲੈ ਕੇ ਇਹ ਕਿਵੇਂ ਸਮਝਿਆ ਜਾਏ ਕਿ ਸਿਆਸੀ ਪਾਰਟੀਆਂ ਨੂੰ ਪੂਰੀ ਖੋਲ ਹੈ ਉਹ ਆਪਣੇ ਨੁਮਾਇੰਦਿਆਂ ਨੂੰ ਲੈ ਕੇ ਵਰਕਰਾਂ ਨੂੰ ਲੈ ਕੇ ਆਪ ਜਾ ਕੇ ਜੰਤਰ ਮੰਤਰ ਤੇ ਵੀ ਕਰ ਲੈਂਦੇ ਨੇ ਇੰਤਜ਼ਾਮ ਤੇ ਹੋਰ ਵੀ ਦਫ਼ਤਰਾਂ ਦੇ ਬਾਹਰ ਕਰ ਲੈਂਦੇ ਨੇ ਦਿੱਲੀ 'ਚ ਪਰ ਇੱਧਰ ਪੰਜਾਬ ਵਾਲਿਆਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਤੇ ਕੀ ਦੂਰਾ ਸਟੈਂਡ ਜਿਹਦੇ ਵਿੱਚ ਕੋਈ ਨਜ਼ਰ ਨਹੀਂ ਆਉਂਦਾ ਕਿ ਆਖਿਰਕਾਰ ਕਾਰਨ ਕੀ ਹੈ ਇਹਦੇ ਵਿੱਚ ਨਹੀਂ ਨਹੀਂ ਦੂਰਾ ਸਟੈਂਡ ਨਹੀਂ ਹੈ ਕਿਸਾਨ ਇੱਥੇ ਦੇ ਆ ਤੇ ਕੁਦਰਤੀ ਆ ਰੋਪਿੰਦ ਤੇ ਕਿਤਾਈ ਜਾਊਗਾ ਨਾ ਹੁਣ ਉੱਥੇ ਅੰਦਰ ਕੀ ਗੱਲਾਂ ਬਾਤਾਂ ਹੁੰਦੀਆਂ ਨੇ ਮੀਟਿੰਗ ਦੇ ਵਿੱਚ ਉਹ ਗੱਲਾਂ ਲੱਗਿਆ ਏ ਆਪਾਂ ਉਸ ਨੂੰ ਨਹੀਂ ਕਰ ਸਕਦੇ ਹੈ ਪਰ ਜਿਹੜਾ ਕੇਂਦਰ ਦੇ ਵਿੱਚ ਹੈਗਾ ਬੜਾ ਇੰਟਰਸਟਿੰਗ ਹੈ ਇਹ ਪਹਿਲੀ ਵਾਰੀ ਹੋਇਆ ਕਿ ਕੇਰਲਾ ਦੇ ਚੀਫ ਮਨਿਸਟਰ ਤੇ ਕੈਬਨਿਟ ਤੇ ਸਰਕਾਰਾਂ ਆ ਕੇ ਜੰਤਰ ਮੰਡਰ ਤੇ ਕਰਦੀਆਂ ਹੋਣ ਉੱਥੇ ਸੀਪੀਐਮ ਦੀ ਜਾਂ ਲੈਫਟ ਫਰੰਟ ਦੀ ਐਲਡੀਐਫ ਦੀ ਸਰਕਾਰ ਹੈਗੀ ਹੈ ਲੈਫਟ ਡੈਮੋਕ੍ਰੈਟਿਕ ਫਰੰਟ ਦੀ ਤੇ ਜਿਹੜਾ ਵਿਰੋਧੀ ਆ ਉਹ ਯੂਡੀਐਫ ਹੈਗਾ ਹੈ ਨਾ ਯੂनाइटेड ਡੈਮੋਕ੍ਰੈਟਿਕ ਫਰੰਟ ਉਹਦੇ ਵਿੱਚ ਕਾਂਗਰਸ ਮੁਖ ਤੇ ਰਿਆ ਤੇ ਸਾਰੇ ਇਕੱਠੇ ਹੀ ਇਸ ਗੱਲ ਦੇ ਵਿੱਚ ਇੱਕ ਕਿਸਮ ਦੇ ਇਹ ਖੜੇ ਆ ਇਸ ਪਲੇਟਫਾਰਮ ਤੇ ਖੜੇ ਆ ਕਿ ਭਾਈ ਕੇਂਦਰ ਧੱਕਾ ਕਰ ਰਿਹਾ ਪਹਿਲਾਂ ਉਹਦੇ ਨਾਲ ਉਹ ਕਰਨਾਟਕਾ ਵਾਲੇ ਵੀ ਇਸੇ ਤਰੀਕੇ ਨਾਲ ਅਸੀਂ ਦਰਮਿਆ ਵਿਚ ਚੀਫ ਮਿਨਿਸਟਰ ਸਾਰੀ ਕੈਬਨਿਟ ਸਾਰੇ ਬੰਦੇ ਲੈ ਕੇ ਉਹ ਵੀ ਪ੍ਰੋਟੈਸਟ ਕਰ ਚੁੱਕੇ ਆ ਇਹ ਸਾਰੇ ਜਿਹੜੇ ਪ੍ਰੋਟੈਸਟ ਸਾਊਥ ਇੰਡੀਆ 올 ਦਾ ਵੇ ਫਰਮ ਸਾਊਥ ਇੰਡੀਆ ਆ ਕੇ ਕਰ ਰਿਹਾ ਜਿੱਥੇ ਜਿੱਥੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਕਿ ਦਿੱਲੀ ਦੇ ਵਿੱਚ ਵਿਰੋਧੀ ਪਾਰਟੀ ਦੀ ਸਰਕਾਰ ਆ ਪੰਜਾਬ 'ਚ ਵਿਰੋਧੀ ਪਾਰਟੀ ਦੀ ਸਰਕਾਰ ਆ ਇਸੇ ਤਰੀਕੇ ਨਾਲ ਸਾਊਥ ਦੀਆਂ ਚਾਰ ਸਟੇਟਾਂ ਦੇ ਸਾਬ ਸਾਬ ਹੈਗੀਆਂ ਹੈ ਨਾ ਦੋਚ ਕਾਂਗਰਸ ਦੀ ਐ ਇੱਕ ਚ ਡੀਐਮਕੇ ਇੱਕ ਚ ਸੀਪੀ ਐ ਉਹ ਸਾਰੇ ਜਾਂ ਹੁਣ ਤੁਸੀਂ ਟੀਐਮਸੀ ਦੀ ਲਾਲੋ ਜਾਂ ਹੋਰ ਜਿੱਥੇ ਜਿੱਥੇ ਵੀ ਵਿਰੋਧੀ ਪਾਰਟੀਆਂ ਚਾਰਖੰਡ ਹੈ ਉਹਨਾਂ ਸਰਕਾਰਾਂ ਨੂੰ ਉਹਨਾਂ ਦੇ ਕੀ ਇਹਨਾਂ ਦੇ ਉੱਤੇ ਕਹਿਣਾ ਸਾਊਥ ਇੰਡੀਆ ਦਾ ਪਹਿਲਾਂ ਸਮਝ ਲਓ ਉੱਤ ਪ੍ਰਧਾਨ ਮੰਤਰੀ ਕੱਲ ਬੜਾ ਹਿਤਾਸ਼ ਹੋ ਕੇ ਤੇ ਬੜਾ ਨਰਾਸ਼ ਹੋ ਕੇ ਦਾ ਬੜੇ ਜੋਸ਼ ਵਿੱਚ ਇੱਕ ਨਵੀਂ ਐਨਲੋਜੀ ਕਿ ਇਹ ਮੇਰਾ ਸਰੀਰ ਹੈ ਮੇਰੇ ਸਰੀਰ ਮੇ ਕਾਂਟਾ ਲੱਗੇ ਤਾਂ ਹਮ ਕੈਸੇ ਕਾਲੇ ਤਾਂ ਹਾਥ ਵਹਾਂ ਜਾਂਦਾ ਹੈ ਤਾਂ ਦਿਮਾਗ ਐਸੇ ਚਲਦਾ ਹੈ ਅੱਖ ਐਸੇ ਫਟਕਦੀ ਹੈ ਬੜੀਆਂ ਗੱਲਾਂ ਮਾਰ ਮੁਰ ਕੇ ਭਾਰਤ ਭਾਤਾ ਇੱਕ ਹੈ ਉਥੇ ਮਤਲਬ ਸੂਬੇ ਜਿਹੜੇ ਆ ਕੁਝ ਬਗਾਵਤ ਕਰ ਰਹੇ ਅਸਲੀ ਗੱਲ ਇਹ ਹੈ ਸੂਬਿਆਂ ਨੇ ਇਹ ਕਹਿ ਤਾ ਕਿ ਜੇ ਜਿੰਨਾ ਸਾਡੇ ਤੋਂ ਤੁਸੀਂ ਟੈਕਸ ਲੈਨੇ ਆ ਜੇ ਸਾਨੂੰ ਟੈਕਸ ਵਾਪਸ ਨਹੀਂ ਆਉਂਦਾ ਉਹਦਾ ਵੱਡਾ ਹਿੱਸਾ ਤੇ ਫਿਰ ਅਸੀਂ ਟੈਕਸ ਕਿਉਂ ਦੇਵਾਂਗੇ ਇਹ ਬਗਾਵਤੀ ਸੁਰਾ ਹੈ ਜੀ ਉਹ ਮਨੀ ਆਇਤ ਉਹ ਕਹਿੰਦੇ ਕਿ ਜੇ ਅਸੀਂ 100 ਰੁਪਏ ਟੈਕਸ ਦੇਨੇ ਆ ਸਾਨੂੰ 13 ਰੁਪਏ ਵਾਪਸ ਦਿੰਦੇ ਆ ਤੇ ਕਹਿੰਦੇ ਸਾਡਾ ਜਿਹੜਾ ਕੱਟ ਲਾ ਕੱਟ ਲੱਗਿਆ ਆ ਸਾਡਾ 83% ਕੱਟ ਲੱਗ ਜਾਂਦਾ ਉਹ ਜਾਂਦਾ ਕਿੱਥੇ ਆ ਕਹਿੰਦੇ ਹਿੰਦੀ ਮੀਨਲੈਂਡ ਦੇ ਵਿੱਚ ਜਾਂਦਾ ਉੱਥੇ ਜਿਹੜੀਆਂ ਬਿਮਾਰੂ ਸਟੇਟ ਆ ਉਹਨਾਂ ਦਾ ਇਲਾਜ ਕਰ ਲਈ ਬੁੱਧੀ ਜੀ ਵੀ ਇਹੋ ਹੀ ਸਟੈਂਡ ਲੈ ਰਹੇ ਸੀ ਕਿ ਉਹਨਾਂ ਦਾ ਇਲਾਜ ਕਰ ਲਈ ਉਹਨਾਂ ਦਾ ਇਲਾਜ ਹੋਇਆ ਹੀ ਨਹੀਂ ਅਜੇ ਤੱਕ ਲਾਲ ਆ ਜੇ 75 ਸਾਲ ਹੋ ਗਏ ਆ ਥੋੜਾ ਬਹੁਤ ਫਰਕ ਪਿਆ ਹੋਊਗਾ ਪਰ ਉਹ ਲਾਲਾ ਸਾਨੂੰ ਹੋਰ ਦੇ ਦਿਓ ਸਾਨੂੰ ਹੋਰ ਦੇ ਦਿਓ ਜਿਹੜਾ ਫਾਈਨੈਂਸ ਕਮਿਸ਼ਨ ਹੁੰਦਾ ਆ ਉਹਦੇ ਕ੍ਰਾਈਟੇਰੀਆ ਇਹੋ ਜੇ ਹੈਗੇ ਆ ਕਿ ਜਿੱਥੇ ਅੰਡਰਡਵੈਲਪਡ ਆ ਗਰੀਬੀ ਆ ਉਥੇ ਫੰਡ ਜ਼ਿਆਦਾ ਦੇਣੇ ਆ ਟੈਕਸਾਂ ਦੇ ਵਿੱਚੋਂ ਸਰਕਾਰ ਵੱਲੋਂ ਜਿੱਥੇ ਪਾਪੂਲੇਸ਼ਨ ਜ਼ਿਆਦਾ ਆ ਉਥੇ ਵੀ ਜ਼ਿਆਦਾ ਤੁਸੀਂ ਦੇਣੇ ਆ ਖਾਣ ਵਾਲੇ ਜ਼ਿਆਦਾ ਆ ਤੇ ਗਰੀਬੀ ਆ ਹੁਣ ਉਹਨਾਂ ਦੇ ਜਿਹੜੀਆਂ ਸਾਊਥ ਵਾਲੀਆਂ ਸਟੇਟਾਂ ਉਹਨਾਂ ਨੇ ਕਿਹਾ ਯਾਰ ਇਹ ਚੰਗੀ ਗੱਲ ਹੈ ਕਿ ਸਾਨੂੰ ਇਸ ਗੱਲ ਦਾ ਖਮਿਆ ਜਾ ਭੁਗਤਣਾ ਪੈ ਰਿਹਾ ਕਿ ਅਸੀਂ ਵਿਕਾਸ ਕਿਉਂ ਕਰਦੇ ਆ ਸਾਨੂੰ ਇਸ ਗੱਲ ਦਾ ਖਮਿਆ ਜਾ ਭੁਗਤਣਾ ਪੈ ਰਿਹਾ ਕਿ ਅਸੀਂ ਆਪਣੇ ਬੱਚੇ ਘੱਟ ਕਿਉਂ ਪੈਦਾ ਕਰਦੇ ਆ ਤੇ ਉਹਨਾਂ ਨੂੰ ਚੰਗਾ ਪੜਾਉਨੇ ਆ ਅਸੀਂ ਪਛੜੇ ਪਣ ਤੋਂ ਆਪਣੀਆਂ ਸਟੇਟਾਂ ਨੂੰ ਜੇ ਦੂਰ ਕਰਦੇ ਆ ਜਾਂ ਅਸੀਂ ਜਿਤਨਾ ਕੇਰਲ ਆ ਹੈ ਹੌਰ ਹੈ ਤਾਮਿਲਨਾਡੂ ਹੈ ਤੇ ਅਸੀਂ ਸਾਡੇ ਕੋਈ ਦੇ ਦਾ ਮਤਲਬ ਇਹ ਕਿ ਨਹੀਂ ਕੋਈ ਸਾਡੇ ਮਸਲੇ ਨਹੀਂ ਹੈਗੇ ਤੁਸੀਂ ਲੈ ਲਓ ਗਰੀਬਾਂ ਲਈ ਵੀ ਲੈ ਲਓ ਪਰ ਇੰਨਾ ਕੱਟ ਲਾ ਕੇ ਤੇ ਉਧਰ ਦੇ ਹੀ ਜਾਓਗੇ ਇਹ ਸਾਨੂੰ ਮਨਜ਼ੂਰ ਨਹੀਂ ਹੈ ਇਸ ਗੱਲ ਦੀ ਜਿਹੜੀ ਇਹ ਬਗਾਵਤ ਵਾਲੀ ਗੱਲ ਹੈ ਬੜੀ ਵੱਡੀ ਗੱਲ ਹੈ ਔਰ ਕਿਉਂਕਿ ਉਹਨਾਂ ਦੀ ਅਸਲੀ ਚੇੜ ਕੀ ਹੈ ਅਸਲੀ ਚੇੜੋ ਕਿਸੇ ਗਰੀਬਾਂ ਨੂੰ ਉਹਨਾਂ ਦਾ ਟੈਕਸ ਕੱਟ ਕੇ ਦੇਣਾ ਨਹੀਂ ਹੈ ਜੋ ਹਿੰਦੂਵਾਦ ਹਿੰਦੂਤਵਾ ਦਾ بار-बार ਹਿੰਦੂ ਰਾਸ਼ਟਰ ਵਾਲ ਦਾ ਜਿਹੜੀਆਂ ਕਿਲਕਲੀਆਂ ਹਿੰਦੂ 벨ਟ ਦੇ ਵਿੱਚ ਜਾਨੀ ਹਿੰਦੀ 벨ਟ ਦੇ ਵਿੱਚ ਵੱਜਦੀਆਂ بار-बार ਇਸ ਗੱਲ ਤੋਂ ਉਹ ਦੁਖੀ ਹੈਗੇ ਤੁਸੀਂ ਪਿੱਛੇ ਤਾਮਿਲਨਾਡੂ ਦੇ ਵਿੱਚੋਂ ਜਿਹੜੀਆਂ ਸਟੇਟਮੈਂਟਾਂ ਆਈਆਂ ਸਟਾਲਨ ਦੀਆਂ ਉਹਦੇ ਮੁੰਡੇ ਦੀਆਂ ਸਾਰੀਆਂ ਉਹਨੂੰ ਸਾਰੀ ਗੱਲ ਨੂੰ ਜੋੜ ਕੇ ਦੇਖੋ ਵੀ ਇੱਕ ਇੱਕ ਤੇ ਸਾਡਾ ਪੈਸਾ ਲੈ ਜਾਂਦੀ ਆ ਦੂਜਾ ਉਹ ਪੈਸੇ ਦਾ ਫਾਈਨਾਂਸ ਕਿੱਥੇ ਹੋ ਰਿਹਾ ਸਾਡੇ ਵਿਰੁੱਧ ਹੋ ਰਿਹਾ ਤੇ ਅਸੀਂ ਇਸ ਗੱਲ ਨੂੰ ਮਨਜ਼ੂਰ ਨਹੀਂ ਸਾਨੂੰ ਇਸ ਲਈ ਜਿਹੜੇ ਬਗਾਵਤਾਂ ਹੋ ਰਹੀਆਂ ਆ ਉਹ ਇੱਕ ਮੁੱਖ ਕਾਰਨ ਉਹਨਾਂ ਦੇ ਮੁਤਾਬਿਕ ਜਿਹੜੀਆਂ ਸਾਊਦੀਆਂ ਸਟੇਟਾਂ ਆ ਕਿ ਸਾਨੂੰ ਕਸਾਰਾ ਆ ਇਸ ਡਿਸਟ੍ਰਿਬਿਊਸ਼ਨ ਦੇ ਵਿੱਚ ਸਾਨੂੰ ਐਵੇਂ ਨਜਾਇਜ਼ ਤੌਰ ਤੇ ਸਾਡੇ ਨਾਲ ਧੱਕਾ ਕੀਤਾ ਜਾਂਦਾ ਆ ਸਾਡੇ ਕੋਲੋਂ ਟੈਕਸ ਜ਼ਿਆਦਾ ਲੈ ਲੇ ਜਾਂਦੀ ਆ ਤੇ ਸਾਨੂੰ ਵਾਪਸ ਕੇਂਦਰ ਨਹੀਂ ਕਰਦਾ ਦੂਜੀ ਗੱਲ ਜਿਹੜਾ ਕਰਨਾ ਵੀ ਉਤਰ ਲੈ ਕਰਾਉਂਦੇ ਆ ਜਿਸ ਤਰ੍ਹਾਂ 8000 ਕਰੋੜ ਰੁਪਈਆ ਸਾਡਾ ਡਿਊ ਆ ਉਹਦੇ ਵਿੱਚ ਐਨਐਚਐ ਐਨਐਚਐਸ ਦਾ ਵੀ ਹੈਗਾ ਆ ਜਿਹੜਾ ਨੈਸ਼ਨਲ ਹੈਲਥ ਜਿਹੜਾ ਜਿਹੜਾ ਕੋਈ ਹੈਗਾ ਐਨਐਚਆਰ ਉਹਨਾਂ ਦਾ ਵੀ ਹੈਗਾ ਔਰ ਦੂਸਰਾ ਪੈਸਾ ਸਾਡਾ ਪਿੰਡੂ ਵਿਕਾਸ ਆਰਡੀਐਫ ਜਿਹਨੂੰ ਕਹਿੰਦੇ ਪਿੰਡੂ ਵਿਕਾਸ ਦਾ ਜਿਹੜਾ ਫੰਡ ਆ ਉਹ ਵੀ ਉਹਨਾਂ ਚ ਹੋਰ ਕਈ ਕਿਸਮ ਦੇ ਫੰਡ ਜਿਹੜੇ ਸਾਡੇ ਪੰਜਾਬ ਨੂੰ ਵੀ ਮਿਲਦੇ ਇਹ ਵੀ ਭਗਵੰਤ ਮਾਨ ਹੁਣਾਂ ਨੇ ਉੱਥੇ ਹਾਈਲਾਈਟ ਕੀਤੇ ਜਿਹੜੇ ਕੇਜਰੀ ਵਾਲੇ ਉਹਨਾਂ ਨੇ ਬੜਾ ਪ੍ਰਸਾਈਜ਼ਲੀ ਵਧੀਆ ਟੰਗਣਾ ਸਾਰੀ ਗੱਲ ਕੀਤੀ ਕਿ ਇੱਕ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਹਨ ਉਹਨਾਂ ਨਾਲ ਹੀ ਧੱਕਾ ਕਿਉਂ ਇਹ ਗੁਜਰਾਤ 'ਚ ਨਹੀਂ ਹੁੰਦਾ ਹੋਰ-ਹੋਰ ਨਹੀਂ ਹੁੰਦਾ ਜਿੱਥੇ-ਜਿੱਥੇ ਆ دوسری ਗੱਲ ਕਿ ਜਿਹੜੇ ਨਮਾ ਇਕਤ ਪਿਤ ਪਾਈ ਜਾ ਰਹੀ ਹੈ ਕਿ ਗਵਰਨਰਾਂ ਦੇ ਰਾਹੀਂ ਤੁਸੀਂ ਟੰਗ ਕਰੋ ਇਹਨਾਂ ਸਰਕਾਰਾਂ ਨੂੰ ਉਹ ਚਾਰ ਸਰਕਾਰ ਚਾਰ ਸੂਬਿਆਂ ਦੇ ਤੇ ਬਹੁਤ ਓਬਵੀਅਸ ਆ ਰੋਜ਼ ਇਹੋ ਜੀਆਂ ਹੁੰਦੀਆਂ ਤੇ ਇਸ ਲਈ ਇੱਕ ਤੁਸੀਂ ਫੰਡਾਂ ਦਾ ਉਹਨਾਂ ਦੇ ਅਬਡਿਊ ਜਿਹੜਾ ਬਣਦਾ ਉਹ ਨਹੀਂ ਦਿੰਦੇ ਦੂਜੇ ਤੁਸੀਂ ਗਵਰਨਰਾਂ ਰਾਹੀਂ ਉਹਨਾਂ ਨੂੰ ਤੰਗ ਕਰਦੇ ਆਂ ਤੇ ਇਸ ਕਿਸਮ ਦੀਆਂ ਜਿਹੜੇ ਉੱਥੇ ਰੋਸ਼ ਸਾਰੇ ਦਿੱਲੀ ਦੇ ਵਿੱਚ ਹੋ ਰਿਆ ਹੈ ਔਰ ਉਹਦੇ ਵਿੱਚ ਸਾਡੇ ਪੰਜਾਬ ਦੇ ਵੀ ਇਸੇ ਤਰੀਕੇ ਨਾਲ ਸ਼ਾਮਲ ਹੋਏ ਕੇਜਰੀਵਾਲ ਵੀ ਸ਼ਾਮਲ ਹੋਏ ਪੰਜਾਬ ਦਾ ਚੀਫ ਮਿਨਿਸਟਰ ਵੀ ਸ਼ਾਮਲ ਹੋਏ ਤੇ ਸਾਊਥ ਵਾਲੇ ਤੇ ਇਸ ਗੱਲ ਦੇ ਉੱਤੇ ਬੜੇ ਦਰੇੜ ਹੈਗੇ ਬਿਲਕੁਲ ਪ੍ਰੋਵੈਂਸ ਵਿੱਚ ਬੜੀ ਖਾਸ ਗੱਲ ਇਹਦੇ ਵਿੱਚ ਇਹ ਹੈ ਕਿ ਜਦੋਂ ਅਸੀਂ ਮਤਲਬ ਕਿਸਾਨੀ ਵਾਲੇ ਮਸਲਿਆਂ ਦੀ ਗੱਲ ਜਾਂ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕਿ ਬੈਕ ਕੇਂਦਰ ਨੂੰ ਵਿਚਭਾ ਕੇ ਕੇਂਦਰੀ ਮੰਤਰੀਆਂ ਨੂੰ ਮੀਟਿੰਗ ਤਾਂ ਕਿਸਾਨਾਂ ਨਾਲ ਹੋ ਰਹੀ ਹੈ ਪਰ ਕੀ ਮਤਲਬ ਸਰਕਾਰ ਆ ਇਹ ਸਮਝ ਚੁੱਕੇ ਹਨ ਕਿ ਕਿਸਾਨ ਤਾਂ ਵਿਹਲੇ ਨੇ ਆ ਗਏ ਆਪਣਾ ਪੰਜ ਚਾਰ ਦਿਨ ਖੇਤੀ ਨੀਤੀ ਨੂੰ ਲੈ ਕੇ ਜਿਵੇਂ ਉਹ ਧਰਨੇ ਤੇ ਬੈਠੇ ਨੇ ਚਲੇ ਜਾਣਗੇ ਕੋਈ ਵੱਡਾ ਐਲਾਨ ਕਰ ਦੇਣਗੇ ਫਿਰ ਸੋਚਾਂਗੇ ਮਤਲਬ ਕਿ ਤੁਸੀਂ ਇੰਨਾ ਸਮਾਂ ਉਹਨਾਂ ਨੂੰ ਦੇ ਰਹੇ ਹੋ ਤੁਸੀਂ ਬੈਠ ਕੇ ਉਹਨਾਂ ਨਾਲ ਗੱਲ ਕਰੋ ਖੇਤੀ ਨੀਤੀ ਲਾਗੂ ਕਿਉਂ ਨਹੀਂ ਹੋ ਰਹੀ ਉਹਦੇ ਕੀ ਕਾਰਨ ਨੇ ਉਦੇ ਬਾਰੇ ਬਹਿ ਕੇ ਗੱਲ ਕਿਉਂ ਨਹੀਂ ਹੁੰਦੀ ਇਹ ਵੀ ਇੱਕ ਆਪਣੇ ਆਪ ਚਿੰਤਾ ਜਨਕ ਸਥਿਤੀ ਬਣਦੀ ਹੈ ਨਾ ਕਿ ਤੁਸੀਂ ਲੋਕਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦੇਣ ਕਿ ਬੈਠੇ ਰਹਿਣਗੇ ਸੜਕਾਂ ਤੇ ਉਹਨਾਂ ਦਾ ਕੀ ਜਾਂਦਾ ਸ਼ਕੁੰਦਰ ਅਸਲੀਅਤ ਇਹ ਹੈ ਕਿ ਕਿਸਾਨਾਂ ਦੇ ਮਸਲਿਆਂ ਦਾ ਸਰਕਾਰ ਕੋਲ ਕੋਈ ਹੱਲ ਨਹੀਂ ਹੈਗਾ ਇਹ ਨਹੀਂ ਵੀ ਇਹ ਨਹੀਂ ਵੀ ਹੱਲ ਨਿਕਲ ਨਹੀਂ ਸਕਦਾ ਉਹ ਕੱਢਣਾ ਹੀ ਨਹੀਂ ਚਾਹੁੰਦੇ ਜਿਸ ਪਾਸੇ ਨੂੰ ਸਰਕਾਰ ਚੱਲੀ ਹੈ ਇਹ ਤੇ ਉਹੀ ਜਿਹੜੀ ਆਪਾਂ ਕਈ ਵਾਰੀ ਅੱਗੇ ਵੀ ਗੱਲ ਕਹੀ ਹੈ ਵੀ ਉਹ ਬੀਬੀ ਔਰਤ ਕਹਿੰਦੀ ਆ ਕਿ ਘਰ ਦੇ ਨੂੰ ਕਿ ਮੈਨੂੰ ਨੱਥ ਕਢਾ ਦੇ ਉਹਦੇ ਮਨ ਵਿੱਚ ਆ ਕੇ ਇਹਦਾ ਮੈਂ ਕਿਸੇ ਵੇਲੇ ਨਾਕੀ ਵਢਾ ਦਿਆਂ ਜਦੋਂ ਫਰਕ ਇੰਨਾ ਹੋਵੇ ਤਾਂ ਫਿਰ ਜਿਹੜਾ ਉਹ ਕਿਵੇਂ ਤੁਹਾਡਾ ਤਾਲ ਮਿਲ ਕੇ ਚੱਲੂਗਾ ਤੇ ਇਸ ਲਈ ਜਿਹੜੀ ਕਿਸਾਨੀ ਦਾ ਜਿਹੜੇ ਮੰਗਾ ਆ ਉਹ ਇੱਥੇ ਦੀਆਂ ਹੀ ਨਹੀਂ ਮੰਗਾ ਸਾਰੀ ਦੁਨੀਆ ਦੀਆਂ ਤੁਸੀਂ ਦੇਖ ਨਹੀਂ ਲਿਆ ਯੂਰਪ ਦੇ ਵਿੱਚ ਕਿਵੇਂ ਸਪੇਨ ਦੇ ਵਿੱਚ ਫਰਾਂਸ ਦੇ ਵਿੱਚ ਹੋਰ ਨਾਲ ਦੇ ਵਿੱਚ ਇੱਥੇ ਤਾਂ ਜਿਹੜਾ ਇਹਨਾਂ ਨੇ ਇੱਕ ਤਰੀਕਾ ਦੱਸਿਆ ਫਾਰਮੂਲਾ ਉਹਨਾਂ ਨੇ ਲਾਗੂ ਕਰਤਾ ਔਰ ਉਹਦੇ ਰਿਜ਼ਲਟ ਵੀ ਆਏ ਉਹਨਾਂ ਦੀਆਂ ਸਰਕਾਰਾਂ ਇੱਕਦਮ ਗੋਠੜੀਆਂ ਲਾ ਗਈਆਂ ਤੇ ਇਹ ਫਾਰਮੂਲਾ ਇਹਨਾਂ ਦਾ ਹੀ ਆ ਸਾਡੇ ਕਿਸਾਨਾਂ ਦਾ ਵਿਦੇਸ਼ਾਂ ਦੇ ਵਿੱਚ ਐਕਸਪੋਰਟ ਕੀਤਾ ਆ ਜੇ ਉਹਨਾਂ ਵਿਕਸਿਤ ਦੇਸ਼ਾਂ ਦੇ ਕਿਸਾਨੀ ਦਾ ਮਾਮਲਾ ਜਿੱਥੇ ਹਜ਼ਾਰ-ਹਜ਼ਾਰ 2000 10-1000 12-12000 ਏਕੜ ਦੇ ਫਾਰਮ ਹੈਗੇ ਆ ਜਿਤਨਾ ਆਸਟ੍ਰੇਲੀਆ ਦੇ ਵਿੱਚ ਤਾਂ ਉਹਨਾਂ ਇੱਥੇ ਵੀ ਯੂਰਪ ਦੇ ਵਿੱਚ ਵੱਡੇ ਵੱਡੇ ਫਾਰਮ ਕਿਉਂ ਖੇਤੀ ਕਰਨੀ ਨਹੀਂ ਚਾਹੁੰਦੇ ਲੋਕੀ ਛੱਡ ਕੇ ਜ਼ਮੀਨਾਂ ਭੱਜ ਕੇ ਸ਼ਹਿਰਾਂ ਨੂੰ ਆ ਗਏ ਆ ਉਹ ਕਿਉਂਕਿ ਖੇਤੀ ਇਸ ਕਰਕੇ ਨਹੀਂ ਕਿ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਖੇਤੀ ਇਸ ਕਰਕੇ ਨਹੀਂ ਕਿਉਂਕਿ ਕਾਟੇ ਬਣਦਾ ਸੌਤਾ ਇਹੋ ਹੀ ਉਹ ਇੱਥੇ ਪਿੱਟਨੇ ਪਿੱਟ ਰਹੇ ਆ ਵੀ ਸਾਡੇ ਤਾਂ ਤੁਸੀਂ ਕਦੀ এনवायरमेंट ਦੇ ਲਾ ਦੇਨੇ ਆ ਅੱਖਾਂ ਦੀ ਸਾਨੂੰ ਜਿਹੜੀ ਹੈ ਕੀਮਤਾਂ ਵਧਾ ਰਹੇ ਆ ਇਨਪੁਟ ਦੀਆਂ ਸਾਡੇ ਪੱਲੇ ਕੁਝ ਨਹੀਂ ਪੈਂਦਾ ਉਹ ਸਾਰੇ ਜਿਹੜੇ ਕਾਨੂੰਨ ਜਿਹੜੇ ਆਪਣੇ ਲਾਗੂ ਕਰਦੇ ਆ ਸਾਡੇ ਪੱਲੇ ਕੁਝ ਬਚਦਾ ਨਹੀਂ ਇਹੀ ਗੱਲ ਇਹਨਾਂ ਦੀ ਇਸ ਕਰਕੇ ਜਦ ਤੱਕ ਸਰਕਾਰ ਸਪੈਸੀਫਿਕਲੀ ਉਨ੍ਹਾਂ ਦੇ ਦਿਲ ਦੇ ਵਿੱਚ ਕਿ ਅਸੀਂ ਕਿਸਾਨੀ ਨੂੰ ਬਚਾਉਣਾ ਮਜ਼ਦੂਰ ਨੂੰ ਬਚਾਉਣਾ ਗਰੀਬ ਨੂੰ ਬਚਾਉਣਾ ਦਲਿਤ ਤੇ ਔਰਤ ਨੂੰ ਬਚਾਉਣਾ ਬੇਰਜ਼ਗਾਰੀ ਦੂਰ ਕਰਨੀ ਆ ਇਹਦੇ ਬਾਰੇ ਕੋਈ ਕਮਿਟਮੈਂਟ ਨਹੀਂ ਹੈ ਤਾਂ ਉਦੋਂ ਤੱਕ ਇੱਥੇ ਕੁਝ ਨਹੀਂ ਹੋ ਸਕਦਾ ਕਲੀਸ਼ੇ ਜਾਂ ਗੱਲਾਂ ਬਾਤਾਂ ਜਾਂ ਛੋਸ਼ੇ ਬਾਜੀ ਜਾਂ ਸਗੂਫੇ ਜਿੰਨੇ ਮਰਦੀ ਛੱਡੀ ਜਾਓ ਕਿ ਅਸੀਂ ਆਹ ਕਰਤਾ ਹੋਰ ਕਰ ਦਿਆਂਗੇ ਹੋਰ ਇਹਦੋਂ ਵੀ ਉੱਪਰ ਲੈ ਜਾਾਂਗੇ ਉਹ ਗੱਲੀਆਂ ਬਾਤیں ਸਾਰਾ ਕੜਾ ਜਿੰਨਾ ਮਰਜ਼ੀ ਵੰਡ ਦਿਓ ਪਾਰਲੀਮੈਂਟ ਦੇ ਅੰਦਰ ਵੀ ਵੰਡ ਦਿਓ ਤੇ ਬਾਹਰ ਵੀ ਵੰਡੀ ਜਾਓ ਉਹਦੇ ਇਲੈਕਸ਼ਨ ਦੇ ਮੌਜੂ ਹੈਗੇ ਆ ਇਲੈਕਸ਼ਨ ਦੇ ਮਸੌਦੇ ਹੈਗੇ ਉਹਦੇ ਨਾਲ ਧਰਾਤਲ ਤੇ ਕੋਈ ਬੁਨਤੀ ਤਬਦੀਲੀ ਨਹੀਂ ਆਉਂਦੀ ਕਿਸਾਨਾਂ ਦਾ ਮੁੱਦਾ ਤਾਂ ਹੀ ਇਹਦਾ ਹੱਲ ਨਹੀਂ ਹੋਊਗਾ ਉਹਨੂੰ ਠੱਲ ਪੈ ਜੂਗੀ ਕਟੁਕਟ ਉਹ ਬਚ ਜਾਣਗੇ ਤੁਸੀਂ ਨੰਬਰ 1 ਕੀ ਤੁਸੀਂ 2-3 ਲੱਖ ਕਰੋੜ ਰੁਪਈਆ ਨਹੀਂ ਕੱਢ ਸਕਦੇ ਇਹਨਾਂ ਲਈ ਜੇ ਤੁਸੀਂ 15 ਤੋ 25 ਲੱਖ ਕਰੋੜ ਰੁਪਇਆ ਕੱਢ ਸਕਦੇ ਆ ਕਾਰਪੋਰੇਟਾਂ ਲਈ ਕਿਸਾਨੀ ਲਈ ਕਿਉਂ ਨਹੀਂ ਕੱਢਦੇ ਭਈ ਇਹਨਾਂ ਨੂੰ ਲੱਗਦਾ ਕਿ ਇਹ ਵੇਸ ਤੇ ਉੱਥੇ ਲੱਗਦਾ ਕਿ ਅਸੀਂ ਦੇਸ਼ ਦਾ ਵਿਕਾਸ ਕਰ ਰਹੇ ਆ ਉਹ ਤੇ ਸਾਡੇ ਹੀਰੋ ਆ ਉਹ ਤੇ ਸਾਡੇ ਚੰਦ ਆ ਉਹ ਤੇ ਸਾਡੇ ਹੀਰੇ ਆ ਇਹ ਇੱਥੇ ਕੌਣ ਹੁੰਦੇ ਆ ਇੱਥੇ ਅਸੀਂ ਪੈਸਾ ਕਿ ਬਰਬਾਦ ਕਰੀਏ ਇਹ ਤੇ ਜਿਦਾਂ ਖੂਚ ਪੈਸਾ ਸੁੱਟਣ ਵਾਲੀ ਗੱਲ ਇੰਜ ਲੱਗਦਾ ਇਹਨਾਂ ਨੂੰ ਜਿਹੜੇ ਰੂਲ ਕਰਦੇ ਆ ਜਦ ਤੱਕ ਇਹਨਾਂ ਨੂੰ ਆਪਣੇ लाडले ਨਹੀਂ ਲੱਗਣਗੇ ਜਦ ਤੱਕ ਉਹਨਾਂ ਦੇ ਨਾਲ ਇਹਨਾਂ ਨੂੰ ਕੋਈ ਸਨੇਹ ਜਾਂ ਉਹਨਾਂ ਦੇ ਬਾਰੇ ਇੱਜ਼ਤ ਨਹੀਂ ਇਹਨਾਂ ਦੇ ਮਨ 'ਚ ਜਾਗੂਗੀ ਤਾਂ ਇਹ ਫਿਰ ਲੜਾਈ ਸੋਟਾ ਡਾਂਗ ਸੋਟਾ ਚੱਲਦਾ ਰਹੂਗਾ ਹਾਲ ਦੀ ਘੜੀ ਕੇਂਦਰ ਦੇ ਵਿੱਚ ਕੋਈ ਐਹੋ ਜਿਹਾ ਦਿਲ ਤੇ ਮਨ ਤੇ ਸੋਚ ਤੇ ਪਾਲਿਸੀ ਨਹੀਂ ਹੈ ਜਿੱਥੇ ਕਿਸਾਨੀ ਨੂੰ ਬਚਾਉਣ ਲਈ ਇੱਕ ਕਦਮ ਅੱਗੇ ਵਧ ਕੇ ਭਾਵੇਂ ਉਹ ਪ੍ਰਧਾਨ ਮੰਤਰੀ ਹੋਣ ਤੇ ਭਾਵੇਂ ਹੁਣ ਵਾਲੀ ਸਰਕਾਰ ਹੋਵੇ ਤੁਹਾਨੂੰ ਦੇਖਣ ਨੂੰ ਮਿਲੇ ਬਿਲਕੁਲ ਇਹ ਉਦੋਂ ਤਾਂ ਪ੍ਰੋਫੈਸਰ ਕਹੀ ਹੁੰਦੇ ਨੇ ਕਿ ਕੇਂਦਰ ਸਖਾ ਕਰਦਾ ਜੀ ਸਾਡੇ ਨਾਲ ਧੱਕਾ ਹੋ ਗਿਆ ਜੀ ਗਵਾਲ ਸਾਹਿਬ ਨੇ ਅਗਲੇ 2 ਦਿਨਾਂ ਤੱਕ 10 ਤੇ 11 ਤਰੀਕ ਨੂੰ ਇੱਥੇ ਪੰਜਾਬ 'ਚ ਹੀ ਰਹਿਣਾ ਹੈ ਜਿਹੜੀਆਂ ਪੰਜਾਬ 'ਚ ਧੱਕੇਸ਼ਾਹੀਆਂ ਹੋ ਰਹੀਆਂ ਜਾਂ ਜਿਵੇਂ ਕਹਿਣੋ ਕਿ ਕਿਸਾਨਾਂ ਦੇ ਨਾਲ ਨਹੀਂ ਇੱਥੇ ਮੇਲਬਲਾਬ ਕੀਤਾ ਜਾ ਰਿਹਾ ਤੁਸੀਂ ਗੋਇੰਦਵਾਲ ਥਰਮਲ ਪਲਾਂਟ ਦਾ ਉਦਘਾਟਨ ਕਰਨਾ ਹੈ ਖਰੀਦ ਲਿਆ ਠੀਕ ਹੈ ਖਰੀਦ ਲਿਆ ਹੁਣ ਉੱਥੇ ਇੰਨਾ ਪੈਸਾ ਕਿਉਂ ਖਰਾਬ ਕਰਨਾ ਕਿ ਤੁਸੀਂ ਇੱਕ ਵੱਡਾ ਪ੍ਰੋਗਰਾਮ ਕਰਕੇ ਉਹਨੂੰ ਵੱਡੀਆਂ ਬਲੈਕਸਾ ਮੜ ਕੇ ਲੱਗਣ ਗਿਆ ਘਰ ਘਰ ਰਾਸ਼ਨ ਦੀ ਗੱਲ ਉਹ ਪਤਾ ਲੱਗ ਗਿਆ ਜਿਹਨਾਂ ਦੇ ਘਰੇ ਪਹੁੰਚਣਾ ਉਹਨਾਂ ਨੂੰ ਲੱਗ ਜਾਣਾ ਇਹਦਾ ਕੀ ਕਾਰਨ ਸਮਝਿਆ ਜਾਵੇ ਉਧਰੋਂ ਮਤਲਬ ਕਿ ਹਾਲਾਤ ਇਦਾਂ ਦੇ ਲਾਏ ਨਾ ਆਰਡਰ ਨੂੰ ਲੈ ਕੇ ਜਾਂ ਜਿਸ ਕਿਸਮ ਦੇ ਵੀ ਉਹ ਲੱਕੇ ਸਿਧਾੜੇ ਵਰਗੇ ਭਾਨੇ ਸਿੱਧੂ ਵਰਗੇ ਉਹਨਾਂ ਦੇ ਪਰਚੇ ਤੇ ਪਰਚਾ ਮਤਲਬ ਕਿ ਲੋਕਾਂ ਦੇ ਮਨਾਂ ਦੇ ਵਿੱਚ ਫੇਰ ਇੱਕ ਗੁੱਸੇ ਦਾ ਇੱਕਵਾਲ ਦੀ ਗੱਲ ਹੋਏਗੀ ਫੇਰ ਉਹ ਕੋਈ ਮਤਲਬ ਕਿ ਪੰਜਾਬ ਉਸ ਪਾਸੇ ਵੱਲ ਨੂੰ ਧੱਕੇ ਜਾਣ ਵਾਲੀ ਗੱਲ ਹੈ ਕਿ ਲੋਕ ਕਿੱਧਰ ਨੂੰ ਜਾਣਗੇ ਫੇਰ ਜੇ ਤਾਂ ਕੇਜਰੀਵਾਲ ਜੀ ਆਉਣਗੇ ਇਹੀ ਲੋਕ ਸਾਰੇ ਪਹਿਲਾਂ ਆਪਣੀਆਂ ਕਾਲੀਆਂ ਚੰਡੀਆਂ ਲੈ ਕੇ ਪਹੁੰਚੇ ਹੋਣਗੇ ਹੋ ਸਕਦਾ ਕਿਸਾਨ ਵੀ ਜਿਨ੍ਹਾਂ ਨੇ 16 ਨੂੰ ਪ੍ਰੋਟੈਸਟ ਕਰਨਾ ਉਹਨਾਂ ਨੂੰ ਜਦੋਂ ਕੰਨ ਚ ਪਹਿਣਾ ਕਿ ਆ ਆ ਰਹੇ ਹਫੀਨਾ ਦਾ ਵੀ ਪਤਾ ਲੈ ਲਓ ਇਸ ਲਈ ਇਸ ਕਿਸਮ ਦਾ ਹੋਤੇ ਚੱਲੂਗਾ ਚੱਲੂਗਾ ਖਾਸ ਕਰਕੇ ਜਿਹੜਾ ਜਮਾਵੜਾ ਪਾਨੀ ਸਿੱਧੂ ਦੀ ਤੁਸੀਂ ਗੱਲ ਕਰਦੇ ਹੋ ਉਹ ਤੇ ਸ਼ਾਇਦ ਜਰੂਰ ਕੁਛ ਨਾ ਕੁਛ ਇਸ ਗੱਲ ਤੇ ਕਰਨਗੇ ਰਹੀ ਗੱਲ ਅਸਲ 'ਚ ਜਦੋਂ ਤਰਤਲ ਤੇ ਕੁਛ ਹੋ ਨਹੀਂ ਰਿਹਾ ਤੇ ਫਿਰ ਪੁਰਾਣੀਆਂ ਹੀ ਚੀਜ਼ਾਂ ਨੂੰ ਧੂਤ ਆ ਕੇ ਨਵੀਆਂ ਦਿਖਾ ਕੇ ਤੇ ਉਹਨਾਂ ਦਾ ਇਨੌਗੂਰੇਸ਼ਨ ਕਰਨਾ ਔਰ ਕਰਨਾ ਕੀ ਹੈ ਪੁਰਾਣੀ ਬਿਲਡਿੰਗ ਹੈ ਉਹਨੂੰ ਰਿਪੇਅਰ ਕਰ ਦੋ ਠੀਕ ਟਾਪ ਕਰ ਦੋ ਬਾਹਰ ਬੋਰਡ ਲਾ ਦਿਓ ਆਜੋ ਭਈ ਫੀਤਾ ਕੱਟੋ ਫੀਤਾ ਕੱਟੋ ਫਿਰ ਉਸੇ ਹੀ ਕੰਮ ਚੱਲਣੇ ਆ ਇਹ ਜਿਹੜਾ ਫੀਤਾ ਕੱਟ ਪ੍ਰੋਗਰਾਮ ਹੈ ਨਾ ਜੱਤਾਂ ਕੀ ਇਹ ਨਹੀਂ ਬੰਦ ਹੁੰਦਾ ਤੁਸੀਂ ਤੁਸੀਂ ਇੱਕ ਛੋਟੀ ਜੀ ਗੱਲ ਦੇਖੋ ਸੁਖਵਿੰਦਰ ਪਹਿਲਾਂ ਕਿਤੇ ਲੋਕਾਂ ਨੂੰ ਰੁਜ਼ਗਾਰ ਨਹੀਂ ਸੀ ਮਿਲਦਾ ਸਰਕਾਰੀ ਨੌਕਰੀਆਂ ਨਹੀਂ ਸੀ ਮਿਲਦੀਆਂ ਮੈਨੂੰ ਵੀ ਮਿਲੀਆਂ ਕਿਸੇ ਨੂੰ ਕੋਈ ਖਬਰ ਨਹੀਂ ਸੀ ਹੁੰਦੀ ਉਸ ਇੰਸਟੀਚਿਊਸ਼ਨ ਦੀ ਉਸ ਅਡਾਰੇ ਦੀ ਜ਼ਿੰਮੇਵਾਰੀ ਹੈ ਸਮਾਜ ਪ੍ਰਤੀ ਲੋਕਾਂ ਪ੍ਰਤੀ ਪੜ੍ਹੇ ਲਿਖੇ ਲੋਕਾਂ ਪ੍ਰਤੀ ਕਿ ਉਹਨਾਂ ਨੂੰ ਰੁਜ਼ਗਾਰ ਦੇਣਾ ਇਹਦੇ 'ਚ ਜਸ਼ਨ ਮਨਾਉਣ ਦੀ ਤੇ ਮੇਲੇ ਲਾਉਣ ਦੀ ਤੇ ਕੱਚਾ ਵਜਾਉਣ ਦੀ ਤੇ ਭੰਗੜੇ ਪਾਉਣ ਦੀ ਕਿਹੜੀ ਗੱਲ ਆ ਰੰਗਲਾ ਪੰਜਾਬ ਫਲਾਨਾ ਟਮਕਾਣਾ ਇਹ ਕੀ ਇਹੋ ਜਿਹੇ ਦਮਗਜੇ ਮਾਰਨ ਦੀ ਲੋੜ ਹੈ ਕਿ ਬਹੁਤ ਵੱਡੇ ਕੰਮ ਕਰਦੇ ਤੁਸੀਂ ਕਿਉਂ ਲੋਕਾਂ ਨੂੰ ਬੇਇਜਤ ਕਰਦੇ ਨੇ ਤੁਸੀਂ ਫੋਟੋਆਂ ਆਉਣਗੀਆਂ ਬੜੇ ਬੜੇ ਆ ਜੀ ਆ ਪੈਸੇ ਦੇਤੇ ਜੀ ਇਹਦਾ ਬੱਡਾ ਸਾਰਾ ਇੱਕ ਪਤਾ ਨਹੀਂ ਉਹ ਚੈੱਕ ਵੀ 4-5 ਫੁੱਟ ਵੱਡਾ ਲੰਬਾ ਚੌੜਾ ਬਣਾਉਂਦੇ ਆ ਤਾਂ ਕਿ ਖ਼ਬਾਰਾਂ ਦੇ ਵਿੱਚ ਚੰਗੀ ਤਰ੍ਹਾਂ ਚਮਕੇ ਤੋ ਕਿੱਥੋਂ ਬਣਵਾਉਂਦੇ ਆ ਇਹ ਫਲੈਕਸਾਂ ਦੇ ਉੱਤੇ ਇਸੇ ਤਰੀਕੇ ਨਾਲ ਉਹ ਤੁਸੀਂ ਮੇਲੇ ਲੱਗਦੇ ਆ ਰਜਗਾਰ ਦੇ 500 ਲੈਟਰਾਂ ਦਿਓ ਫਿਰ ਪਰ ਤਾਂ ਉਹ ਚੀਫ ਮਿਨਿਸਟਰ ਲੱਗਦਾ ਆਪਣੇ ਲੱਛੇਦਾਰ ਭਾਸ਼ਣ ਦੇਣ ਇੰਜ ਕੀਤਾ ਇੰਜ ਕੀਤਾ ਉਹ ਫਿਰ ਮੀਡੀਆ ਚੱਕ ਲੈਂਦਾ ਜਿਹੜਾ ਟਡੋਰਤੀ মিডিਆ ਲਓ ਜੀ ਆਜਾ ਅਗਲੇ ਦਿਨ ਕੁਝ ਹੋਰ ਕੱਢ ਲੈਂਦੇ ਹੁਣ ਇਹ ਜਿਹੜਾ ਪ੍ਰੋਗਰਾਮ ਆ ਕੇਜਰੀਵਾਲ ਦਾ ਉਹ ਪ੍ਰੋਪਾਗੈਂਡਾ ਪ੍ਰੋਗਰਾਮ ਆ ਕੋਈ ਵਿਕਾਸ ਦਾ ਸੱਚੀ ਮੁੱੱਚੀ ਅੰਦਾਜ਼ਾ ਲਾਉਣਾ ਜਾਂ ਬੈਰੋਮੀਟਰ ਲਾਉਣਾ ਉਹਦਾ ਨਹੀਂ ਹੈ ਸਾਰੇ ਲੱਗੇ ਆ ਮੋਦੀ ਜੀ ਸਭ ਤੋਂ ਅੱਗੇ ਐਨਾ ਇਸ ਰੇਸ ਦੇ ਵਿੱਚ ਤੇ ਇਹ ਕੋਸ਼ਿਸ਼ ਕਰਦੇ ਆ ਕਿ ਅਸੀਂ ਮੋਦੀ ਦਾ ਮੁਕਾਬਲਾ ਕਰਕੇ ਇਹ ਵੀ ਉਸੇ ਗੱਲ ਦੇ ਵਿੱਚ ਗੱਲੀ ਬਾਤੀ ਜਿਹੜਾ ਸਾਰਾ ਵਿਕਾਸ ਕਿਵੇਂ ਲੋਕਾਂ ਨੂੰ ਪਰਮਤ ਕਰਨਾ ਉਹਦੇ ਚ ਇਹ ਪੂਰੀ ਰੇਸ ਦੇ ਵਿੱਚ ਹੈਗੇ ਅੱਛਾ ਪ੍ਰੋਫੈਸਰ ਬਿੱਥੀ ਇੱਕ ਹੋਰ ਬੜੀ ਖਾਸ ਗੱਲ ਇਹ ਹੈ ਕਿ ਇਹ ਸਾਰੇ ਸੀਨ ਦੇ ਵਿੱਚ ਅਕਾਲੀ ਦਲ ਜਿਹੜਾ ਆ ਲੱਗੇ ਪੰਜਾਬ ਬਚਾਉਣ ਯਾਤਰਾ ਵਾਲੇ ਪਾਸੇ ਪਰ ਕਿਸਾਨੀ ਮੁੱਦੇ ਤੇ ਲੋਕ ਸਭਾ 'ਚ ਤਾਂ ਬੋਲਿਆ ਗਿਆ ਕੋਈ ਉਹੋ ਜਿਹਾ ਮਤਲਬ ਕੋਈ ਵੱਡਾ ਮੁਹਾਜ ਖੜਾ ਕਰਦੇ ਨਜ਼ਰ ਨਹੀਂ ਆਉਂਦੇ ਕੀ ਮਤਲਬ ਕਹਿੰਦੇ ਅੰਦਰੋਂ ਕੰਸੂਆ ਆ ਰਹੀਆਂ ਕਿ ਸ਼ਾਇਦ ਉੱਪਰ ਕੋਈ ਗੱਲਬਾਤ ਕੋਈ ਸੈਟਿੰਗ ਕੀਤੀ ਜਾ ਰਹੀ ਹੈ ਭਾਜੀ ਜੀ ਦੇ ਅਕਾਲੀ ਦਲ ਦੇ ਵਿਚਾਲੇ ਭਾਈ ਤੁਸੀਂ ਬੜੀ ਬੀਨ বাজਾਈ ਆ ਹੁਣ ਸੱਪ ਬਾਹਰ ਹੀ ਆਉਣ ਵਾਲਾ ਪਟਾਰੀ 'ਚ ਦੇਖ ਲਿਓ ਆਪੇ ਸਾਹਮਣੇ ਕਿਹੋ ਜਿਹਾ ਆਉਂਦਾ ਹੀਦਾ ਕੀ ਹੈ ਇਹ ਤਕਵਿੱਦਰ ਕੀ ਦਸੀਏ ਵੀ ਅਸੀਂ ਤੇ ਬਥੇਰਾ ਜਿੰਨਾ ਵੀ ਜੋਰ ਸਾਡਾ ਸੀ ਬਥੇਰਾ ਯਾਨੀ ਸ਼ਬਦ ਨਹੀਂ ਹੈ ਮੈਂ ਜਿੰਨਾ ਅਸੀਂ ਕਹਿ ਚੁੱਕੇ ਆ ਵੀ ਨਾ ਕਰੋ ਨਾ ਕਰੋ ਉਹ ਤੁਸੀਂ ਮਾਰੇ ਜਾਓਗੇ ਤੁਸੀਂ ਪਹਿਲਾਂ ਹੀ ਤੁਹਾਨੂੰ ਖਾ ਗਏ ਤੁਹਾਨੂੰ ਉਹ ਵੱਡੀ ਵੱਡੀ ਮੱਛੀ ਛੋਟੀ ਨੂੰ ਖਾ ਜਾਂਦੀ ਹੈ ਸਮੁੰਦਰ ਦੇ ਵਿੱਚ ਤੇ ਉਹ ਵੱਡੀ ਮੱਛੀ ਦਾ ਰਾਜ ਹੁੰਦਾ ਤੇ ਉਹ ਤੁਹਾਨੂੰ ਪਹਿਲਾਂ ਹੀ ਖਾ ਕੇ ਤੁਹਾਨੂੰ ਉੱਠਣ ਜੋਗੇ ਨਹੀਂ ਛੱਡੇ ਹੁਣ ਤੁਸੀਂ ਫੇਰ ਉਹਦੇ ਨੂੰ ਨਾ ਜਾਇਓ ਇਹ ਨੌ ਮਾਸ ਦਾ ਰਿਸ਼ਤਾ ਛੱਡੋ ਛੱਡੋ ਇਹ ਕੁਝ ਚੈਨਲਾਂ ਦੇ ਉੱਤੇ ਵੀ ਕੁਝ ਸੈਕਸ਼ਨ ਉਹ ਮੀਡੀਆ ਵੀ ਹੋਰ ਵੀ ਮੈਨੂੰ ਬੰਦਿਆਂ ਦੇ ਵੀ ਫੋਨ ਫਾਨ ਆ ਰਹੇ ਆ ਕਿ ਐਨ ਮਚਕਾਂ ਪੂਰੇ ਜੋਰਾਂ ਤੇ ਆ ਤੇ ਕਿਤੇ ਇੱਕ ਦੋ ਦਿਨਾਂ ਚ ਹੀ ਸਾਹਮਣੇ ਸਾਰੀ ਗੱਲ ਆ ਸਕਦੀ ਹੈ ਕਿ ਦੁਬਾਰਾ ਜਿਹੜਾ ਉਹ ਜਿਦਾਂ ਪੱਲਾ ਫੜ ਕੇ ਲਾਵਾ ਨਹੀਂ ਲੈਣੀਆਂ ਹੁੰਦੀਆਂ ਵੀ ਉਸ ਕਿਸਮ ਦਾ ਪੱਲਾ ਫੜਿਆ ਜਾ ਰਿਹਾ ਮਗਰ ਮਗਰ ਹੋਣਗੇ ਸੁਖਬੀਰ ਬਾਦਲ ਤੇ ਅੱਗੇ ਅੱਗੇ ਪ੍ਰਧਾਨ ਮੰਤਰੀ ਵੀ ਇਹੋ ਜਿਹਾ ਫੋਟੋਆਂ ਇੰਝ ਹੀ ਆਉਂਦੀਆਂ ਫੁੱਲ ਤੇ ਹੋਣਗੇ ਆਗੇ ਜੀ ਅੱਜ ਜਿਦ ਤਰ੍ਹਾਂ ਤੁਸੀਂ ਨਿਤਿਚ ਕੁਮਾਰ ਤੁਸੀਂ ਦੇਖ ਹੀ ਲਈਆਂ ਸ਼ਰਮ ਜੇ ਡੁੱਬ ਮਰੋ ਤੁਸੀਂ ਯਾਰ ਕੀ ਹੈ ਉਹੋ ਜਿਹਾ ਫੁੱਲ ਫੜਨ ਵਾਲੇ ਤੇ ਉਹੋ ਜਿਹਾ ਫੜਾਉਣ ਵਾਲੇ ਇਹ ਸਾਡੇ ਦੇ ਇਤਰਾਜ ਕਰਦੇ ਆ ਬੰਦੇ ਕੁਝ ਕਿਸੇ ਕਿਸਮ ਦੀ ਮਾੜੀ ਮੋਟੀ ਸ਼ਰਮ ਹਜਾ ਕਿਸੇ ਨੂੰ ਹੈਗੀ ਹੈ ਕਿ ਕਰ ਕੀ ਰਹੇ ਆ ਤੁਸੀਂ ਲੋਕਾਂ ਦਾ ਕੀ ਲੋਕਾਂ ਦੀ ਮੰਦਹਾਲੀ ਦਾ ਕਿਸ ਕਦਰ ਮਜ਼ਾਕ ਉਡਾਇਆ ਜਾ ਰਿਹਾ ਇਸ ਦੇਸ਼ ਦੇ ਵਿੱਚ ਕਿ ਤੁਸੀਂ ਆਪਣੇ ਉੱਪਰ ਵੀ ਸਾਰਾ ਇਸ ਐਂ ਦੱਸ ਰਹੀਆਂ ਕਿ ਚਮਕ ਦਮਕ ਤੇ ਸ਼ਾਈਨਿੰਗ ਇੰਡੀਆ ਉਹ ਜਿਹੜਾ ਜਦੋਂ ਦੋ ਬਾਜਪਾਈ ਵੇਲੇ ਜਦੋਂ ਹਾਰੇ ਸੀ ਉਹ ਇਸੇ ਤਰੀਕੇ ਨਾਲ ਹਾਰੇ ਸੀਗੇ ਤੇ ਹੁਣ ਉਸੇ ਕਿਸਮ ਦਾ ਪੇਸ਼ ਕੀਤਾ ਜਾ ਰਿਹਾ ਕੀ ਗਈਏ ਹੁਣ ਉਹ ਚਲੇ ਜਾਣਗੇ ਤੇ ਚਲੇ ਜਾਣ ਇਹਨਾਂ ਨੂੰ ਜੇ ਰਸੇ ਤੜਾਉਣ ਵਾਲਿਆਂ ਦੀ ਜਿਹੜੀ ਆਦਤ ਚ ਚੰਬਣ ਵਾਲਿਆਂ ਦੀ ਉਹ ਫਿਰ ਜਾਂਦੀ ਨਹੀਂ نیچے ਦੀ ਜਿਹੜੇ ਰਸੇ ਚੰਬਣ ਦੀ ਆਤ ਬਹਿ ਜਾਏ ਤਾਂ ਫਿਰ ਜਾਣਗੇ ਪਰ ਇੱਕ ਗੱਲ ਇਹ ਸਮਝ ਲੈਣ ਵੀ ਫਿਰ ਇੱਥੇ ਇਹਨਾਂ ਦਾ ਅਕਾਲੀ ਦਲ ਨਾਮ ਦਾ ਤੇ ਰਹਿ ਜਾਊਗਾ ਕਰਮ ਦਾ ਅਕਾਲੀ ਦਲ ਸੋਚ ਦਾ ਤੇ ਉਹਨਾਂ ਦੀ ਆਤਮਾ ਉਸੇ ਕਿਸਮ ਦੀ ਹੋਊਗੀ ਜਿੱਥੇ ਉਹ ਜਾਣਗੇ ਤੇ ਇੱਥੇ ਕੋਈ ਨਵਾਂ ਅਕਾਲੀ ਦਲ ਨਵਾਂ ਪੰਜਾਬ ਜਾਂ ਨਵਾਂ origignal ਜਿਹੜੀਆਂ aspirations ਨੂੰ represent ਕਰਦੀਆਂ ਕੋਈ ਸ਼ਕਤੀਆਂ ਆਉਣਗੀਆਂ ਇਸ ਗੱਲ ਦਾ ਇਹ ਪਹਿਲਾਂ ਸੋਚ ਲੈਣ ਲੋਕ ਇਹਨਾਂ ਤੇ ਭਰੋਸਾ ਜਿਹੜਾ ਪਹਿਲਾਂ ਹੀ ਮਾੜਾ ਬਹੁਤ ਲੋਪਧਰ ਤੇ ਆ ਉਹ ਹੋਰ ਟੁੱਟਦਾ ਤੁਹਾਨੂੰ ਨਜ਼ਰ ਆਊਗਾ ਜੇ ਉਸ ਪਾਸੇ ਨੂੰ ਦੁਬਾਰਾ ਲੜ ਫੜ ਲੈਂਦੇ ਤੇ ਉਹ ਵਾਲਾ ਚੱਕਰ ਤਾਂ ਨਹੀਂ ਕਿ ਹਰਿਆਣਾ ਕਮੇਟੀ ਦੇ ਇਲੈਕਸ਼ਨ ਜਿਵੇਂ ਆਪਾਂ ਕੱਲ ਉਹ ਨੰਦੇੜ ਸਾਹਿਬ ਵਾਲੀ ਗੱਲ ਕੀਤੀ ਸੀ ਉੱਥੇ ਦਖਲਅੰਦਾਜ਼ੀ ਤੇ ਜਿਵੇਂ ਆਪਣੇ ਸਿਰਸਾ ਸਾਹਿਬ ਵੀ ਬਿਆਨ ਨਾਲੋ ਨਾਲ ਚੱਲ ਰਹੇ ਨੇ ਉਹ ਕਾਫੀ ਮਤਲਬ ਕਿ ਚਰਚਾ ਵਗਦੇ ਨੇ ਕਿ ਆਖਰਕਾਰ ਚੱਲ ਕੀ ਰਿਹਾ ਪੰਤਕ ਮਸਲਿਆਂ ਨੂੰ ਲੈ ਕੇ ਕਿਸ ਤਰੀਕੇ ਨਾਲ ਦਖਲਅੰਦਾਜ਼ੀਆਂ ਹੋ ਰਹੀਆਂ ਜਾਂ ਜੋ ਕੁਝ ਵੀ ਵਾਪਰ ਰਿਹਾ ਸੁਖਵਿੰਦਰ ਜੀ ਤੇ 6 ਮਾਰਚ ਨੂੰ ਸ਼ਾਇਦ ਚੋਣਾ ਹੋ ਹੀ ਜਾਣੀਆਂ ਇਹਦੇ 'ਚ ਤਾਂ ਕੋਈ ਵੱਡੀ ਗੱਲ ਨਹੀਂ ਹਰਿਆਣੇ ਵਾਲੀ ਇਹਨਾਂ ਨੇ ਕੀਤਾ ਕੀ ਤੁਸੀਂ ਨੰਦੇੜ ਸਾਹਿਬ ਕੀ ਕਰਨਾ ਚਾਹਤ ਹਰਿਆਣੇ 'ਚ ਕੁਝ ਨਹੀਂ ਹੋਇਆ ਤੁਹਾਡੇ ਕੋਲ ਤਹਾਡੇ ਸਾਹਮਣੇ ਸਾਰਾ ਕੁਝ ਕੀਤਾ ਗਿਆ ਨਾ ਤੋੜਿਆ ਗਿਆ ਤੇ ਆਪਣਾ ਬਣਾਇਆ ਗਿਆ ਕਾਨੂੰਨ ਵੀ ਬਣਾ ਲਿਆ ਆਪਣੀ ਅਲੱਗ ਕਮੇਟੀ ਵੀ ਬਣਾ ਲਈ ਇਹ ਕਰਦੇ ਇਸੇ ਕਰਕੇ ਨਹੀਂ ਕਿਉਂਕਿ ਉੱਥੇ ਰੁੱਸੇ ਨਾ ਕਿਤੇ ਰੋਸ ਨਾ ਜਾਏ ਭਾਜਪੀ ਫਿਰ ਆਪੇ ਨਾਲ ਕਿਵੇਂ ਪਲੂਗੇ ਵਿੱਚ ਫੜਾਂਗੇ ਉਹਨਾਂ ਦਾ ਉਸ ਕਰਕੇ ਇਹ ਸਾਡੇ ਜਿਹੜੀ ਇੱਕ ਜਿਹੜੀ ਇਹਨਾਂ ਨੂੰ ਜ਼ਿੰਮੇਵਾਰੀ ਪੰਥਕ ਜ਼ਿੰਮੇਵਾਰੀ ਦਿੱਤੀ ਸੀਗੀ ਉਸ ਦੀ ਤਬਾਹੀ ਦਾ ਕਾਰਨ ਬਣੇ ਹੋਇਆ ਉਹਨੂੰ ਘੋੜ ਵਾਂਗੂ ਖਾਈ ਤੁਰੇ ਜਾਂਦੇ ਆ ਆਪਣੇ ਨਿੱਜੀ ਸਵਾਰਥਾਂ ਲਈ ਪਹਿਲਾਂ ਮੈਂ ਇੰਨਾ ਖੁੱਲ ਕੇ ਤੁਹਾਨੂੰ ਪਤਾ ਨਹੀਂ ਸੀ ਬੋਲਦਾ ਮੈਨੂੰ ਲੱਗਦਾ ਸੀ ਕਿ ਸ਼ਾਇਦ ਇਹ ਆਪਣਾ ਬਚਾ ਕਰ ਲੈਣਗੇ ਅਸੀਂ ਇਹੋ ਕਹਿੰਦੇ ਸੀ ਇੰਜ ਨਾ ਕਰਿਓ ਇੰਜ ਨਾ ਕਰਿਓ ਇੰਜ ਨਾ ਕਰਿਓ ਤੇ ਜੇ ਜਿਸ ਕਿਸਮ ਦੀਆਂ ਕੰਸੋਵਾਂ ਤੁਸੀਂ ਕਹਿੰਦੇ ਆ ਹੀ ਰਹੀਆਂ ਦੁਬਾਰਾ ਫਿਰ ਤੇ ਸਭ ਤੋਂ ਪਹਿਲਾਂ ਤੇ ਮੈਨੂੰ ਲੱਗਦਾ ਕਿ ਇਨ੍ਹਾਂ ਨੂੰ ਹੀ ਜਿਹੜਾ ਕਿਉਂਕਿ ਜਿਹੜੇ ਘਰ ਦੇ ਬੰਦੇ ਜਿਹੜੇ ਆ ਜਿਨ੍ਹਾਂ ਤੇ ਪੰਜਾਬ ਨੇ ਇੰਨਾ ਚਿਰ ਭਰੋਸਾ ਕੀਤਾ ਹੋਵੇ ਇੱਕ ਸਮੁਦਾਏ ਨੇ ਇਨ੍ਹਾਂ ਇਨ੍ਹਾਂ ਦੇ ਉੱਤੇ ਭਰੋਸਾ ਕੀਤਾ ਇੰਨੀਆਂ ਕੁਰਬਾਨੀਆਂ ਕੀਤੀਆਂ ਹੁਣ ਉਸ ਸੰਸਥਾ ਲਈ ਤੇ ਜੇ ਉਹ ਇਤਨਾ ਬਕਾਊ ਮਾਲ ਬਣ ਜਾਣਗੇ ਤਾਂ ਫਿਰ ਕੁਦਰਤੀ ਹੈ ਕਿ ਲੋਕਾਂ ਦਾ ਗੁੱਸਾ ਕਿਸ ਪੱਧਰ ਹੋਊਗਾ ਉਹਦਾ ਤੁਸੀਂ ਅੰਦਾਜ਼ਾ ਆਪ ਲਾ ਸਕਦੇ ਦੂਜੇ ਪਾਸੇ ਉੱਥੇ ਵੀ ਹੋਈ ਹਾਲਤ ਹੈ ਮਨਜਿੰਦਰ ਸਰਸਾ ਇਹ ਕਿਉਂ ਸਾਰੇ ਮਨਜਿੰਦਰ ਸਰਸੇ ਨਿਕਲ ਰਹੇ ਆ ਕਿਉਂਕਿ ਇਹਨਾਂ ਦੀਆਂ ਇਹੋ ਜਿਹੀਆਂ ਕਰਤੂਤਾਂ ਕਰਕੇ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਆਰਐਸਐਸ ਜਿਹੜੀ ਹੈ ਸਾਡੇ ਲਈ ਸਿੱਖੀ ਦੀ ਕਿੰਨੀ ਘਾਤਕ ਹੈ ਜੀ ਜਾਂ ਘੱਟ ਗਿਣਤੀਆਂ ਲਈ ਕਿੰਨੀ ਘਾਤਕ ਹੈ ਜੀ ਜਾਂ ਕਿਵੇਂ ਬਲਡوزر ਚੱਲਦੇ ਆ ਕਿਵੇਂ ਧਮਕੀਆਂ ਕਿਵੇਂ ਇੱਕ ਇੱਕ ਪਾਸੜੀ ਆਵਾਜ਼ ਆ ਰਹੀ ਹੈ ਦੂਜੇ ਪਾਸੇ ਦੀ ਆਵਾਜ਼ ਕਿਤੇ ਜਾਂਦੀ ਨਹੀਂ ਕੋਈ ਸੁਣਦਾ ਹੀ ਨਹੀਂ ਕੋਈ ਸੁਣਾਉਣ ਵਾਲਾ ਨਹੀਂ ਬਚਿਆ ਡਰ ਦਾ ਭੈ ਦਾ ਸਹਿਮ ਦਾ ਮਾਹੌਲ ਦੇਸ਼ ਦੇ ਅੰਦਰ ਇਹੋ ਜਿਹਾ ਬਣ ਗਿਆ ਸਾਰੇ মিডিਆ ਦੇ ਉੱਤੇ ਕਿੰਨਾ ਜ਼ਬਰਦਸਤ ਢੰਗ ਨਾਲ ਕਬਜ਼ਾ ਕੀਤਾ ਜਾ ਰਿਹਾ ਜਣੀ ਇਹ ਗੱਲਾਂ ਸਰਸੇ ਉਹਨਾਂ ਨੂੰ ਨਹੀਂ ਨਜ਼ਰ ਆਉਂਦੀਆਂ ਇਹ ਡੈਮੋਕ੍ਰੇਸੀ ਇੱਦਾਂ ਦੇ ਲੰਬੜਦਾਰ ਸੀ ਇਨਸਾਫ ਦੇ ਲੰਬੜਦਾਰ ਸੀ ਸੀੜੀ ਸਿੱਖੀ ਆ ਉਹ ਇਹਨਾਂ ਗੱਲਾਂ ਚੋਂ ਨਿਕਲੀ ਹੋਈ ਹੈ ਸਰਸੇ ਉਹਨਾਂ ਨੇ ਮੈਂ ਤੇ ਸੁਣ ਕੇ ਉਹ ਵੀਡੀਓ ਹੈਰਾਨ ਰਹਿ ਗਿਆ ਕਹਿੰਦੇ ਕਿ ਗੁਰਦੁਆਰਾ ਸਾਹਿਬ ਜਿਹੜੇ ਰਕਾਬ ਗਾਂਝਾ 1793 ਦੇ ਵਿੱਚ ਉੱਥੋਂ ਮਸਜਿਦ ਢਾ ਕੇ ਬਣਾਇਆ ਗਿਆ ਤੇ ਮੈਂ ਇਹੀ ਗੱਲ ਕਿ ਜਿਹੜੀ ਸਰਨਾ ਸਰਮਜੀਤ ਸਿੰਘ ਸਰਨਾ ਉਹਨਾਂ ਨੇ ਜਿਹੜੇ ਕਿ ਹੁਣ ਅਕਾਲੀ ਦਲ ਦੇ ਨਾਲ ਆ ਦਿੱਲੀ ਵਾਲੇ ਉਹਨਾਂ ਨੇ ਜੋ ਕਿਹਾ ਕਿ ਡੁੱਬ ਮਰ ਦੁਰਲਾੰਤ ਕਹਿੰਦਾ ਤੇਰੀ ਇਹੋ ਜਿਹੇ ਫਟਕਾਰਾਂ ਦੇ ਸ਼ਬਦ ਜਾਨੀ ਬੜੇ ਸਖਤ ਸ਼ਬਦ ਵਰਤੇ ਆ ਉਹਨਾਂ ਤੇ ਵੀ ਕਹਿਤਾ ਕਿ ਤੈਨੂੰ ਜੰਮਣ ਵਾਲਿਆਂ ਦੀ ਮਤਲਬ ਸੱਚੀ ਮੱਚੀ ਉਹਨਾਂ ਨੂੰ ਗੁੱਸਾ ਇਹ ਨਾ ਆਇਆ ਕਿ ਜਿਹੜੀ ਗੱਲ ਕਿਸੇ ਵੀ ਕਿਸਮ ਦੀ ਇਤਿਹਾਸ ਦੇ ਨਾਲ ਇਹ ਤੈਨੂੰ ਕਹਿੰਦੇ ਕਿਨੇ ਇਤਿਹਾਸ ਬਣਾਇਆ ਔਰ ਅਖੀਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਮੁਸਲਮਾਨ ਸਿੱਖ ਦਾ ਮਾਮਲਾ ਬਣਾਉਣਾ ਜਾਂ Hindu ਸਿੱਖ ਦਾ ਮਾਮਲਾ ਬਣਾਉਣਾ ਜਾਂ ਕਿਸੇ ਵੀ ਸਮੁਦਾਏ ਦਾ Hindu ਤੇ ਮੁਸਲਮਾਨ ਦਾ ਮਾਮਲਾ ਬਣਾਉਣਾ ਇਹ ਕਿਸੇ ਵੀ ਤਰੀਕੇ ਦੇ ਨਾਲ ਸਿੱਖੀ ਦੇ ਦੇ ਵਿੱਚ ਤੇ ਹੈ ਹੀ ਨਹੀਂ ਸਿੱਖੀ ਤਾਂ ਮਨੁੱਖੀ ਦੇ ਵਿਰੋਧ ਲੜਦੀ ਆ ਸ਼ਾਂਤੀ ਲਈ ਲੜਦੀ ਆ ਪਿਆਰ ਲਈ ਲੜਦੀ ਆ ਸਦ ਭਾਵਨਾ ਵਾਸਤੇ ਲੜਦੀ ਹੈ ਔਰ ਜਿੱਥੇ ਵੀ ਬੇਇਨਸਾਫੀ ਹੁੰਦੀ ਹੈ ਉਹ ਆਪਣੇ ਆਪ ਨੂੰ ਵੀ ਡਿਫੈਂਡ ਕਰਦੀ ਹੈ ਔਰ ਨਾਲ ਦਿਆਂ ਦਾ ਵੀ ਉੱਥੇ ਬਚਾ ਕਰ ਲਈ ਜਾਂਦੀ ਹੈ ਇਹੀ ਕਸ਼ਮੀਰੀ ਪੰਡਤਾਂ ਵਾਲਾ ਤੇ ਗੁਰੂਦੇਵ ਬਹਾਦਰ ਵਾਲਾ ਮੈਸੇਜ ਇਹੀ ਸੀ ਨਾ ਸਾਰਾ ਉਹ ਇਸ ਕਰਕੇ ਥੋੜੀ ਕਿਉਂ ਪੰਡਤ ਸੀ ਇਹ ਇਸ ਕਰਕੇ ਉਹ ਇਸ ਕਰਕੇ ਕਿ ਨਾਲ ਬੇਇਨਸਾਫੀ ਹੋ ਰਹੀ ਸੀ ਕੋਈ ਵੀ ਕਰੇ ABC ਕੋਈ ਵੀ ਕਰੇ ਉਹ ਇਨਸਾਫ ਦੇਣ ਲਈ ਸੀਸ ਜਿਹੜਾ ਆਪਣਾ ਦਿੱਤਾ ਹੁਣ ਤੁਸੀਂ ਉਸ ਨੂੰ ਰੰਗਤ ਕਿਹੜੀ ਦੇ ਰਹੇ ਆ ਅਰੁਣਾ ਨੇ ਗੁੱਸੇਜ ਕਿਆ ਇਸ ਗੱਲ ਦਾ ਪਰਮਜੀਤ ਸਿੰਘ ਸਰਨਾ ਨੇ ਕਿਨੂੰ ਅਕਾਲ ਤਖਤ ਦੇ ਜਥੇਦਾਰ ਹੋਣ ਵਾਲੇ ਰਗਵੀਰ ਸਿੰਘ ਨੂੰ ਕਿ ਮੈਂ ਪਹਿਲਾਂ ਵੀ ਇੱਕ ਚਿੱਠੀ ਭੇਜੀ ਹੈ ਇਹਦੇ ਵਿਰੋਧ ਤੁਸੀਂ ਕੋਈ ਐਕਸ਼ਨ ਨਹੀਂ ਲਿਆ ਹੁਣ ਤੁਰੰਤ ਤੇਰੇ ਤੇ ਐਕਸ਼ਨ ਲਿਆ ਜਾਏ ਜੇ ਇਸ ਨੂੰ ਹੁਣੇ ਹੀ ਮਾਫੀ ਮੰਗਵਾ ਕੇ ਛੇਕਿਆ ਨਾ ਗਿਆ ਤੇ ਇਹੋ ਜੇ 10 ਮੰਜਿੰਦਰ ਸਰਸਾ ਹੋਰ ਪੈਦਾ ਹੋ ਜਾਣਗੇ ਤੁਹਾਡੀਆਂ ਕਮਜ਼ੋਰੀਆਂ ਕਰਕੇ ਫਿਰ ਸਮਝ ਲਿਓ ਫਿਰ ਤੁਹਾਡੇ ਬੱਸੋਂ ਗੱਲਾਂ ਬਾਹਰ ਜਾਣਗੀਆਂ ਇਹ ਤੇ ਉਹਨਾਂ ਨੇ ਇਹਨਾਂ ਨੂੰ ਆਪਣੀ ਵੱਲੋਂ ਇਹ ਜਿਹੜੀ ਬੇਨਤੀ ਕੀਤੀ ਹੈ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਮਨਜਿੰਦਰ ਸਰ ਸਾਹਿਬ ਤੁਹਾਨੂੰ ਕਰ ਲਿਆ ਹੁਣ ਤੱਕ ਕਰ ਲਿਆ ਬੜੀ ਧਮਕੀ ਭਰੇ ਲੈ ਜਿੱਚ ਕਿਹਾ ਫਿਰ ਜੇ ਅੱਗੇ ਇਹੋ ਜਿਹਾ ਕੋਈ ਤੁਸੀਂ ਸਿੱਖੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਤੇ ਆਪਣਾ ਆਪ ਵਿਚਾਰ ਲੈ ਇਹ ਕਿੰਨਾ ਸੱਚੀ ਮੁੱਚੀ ਮिन्नੂ ਵੀ ਇਸ ਗੱਲ ਦਾ ਵੈਸੇ ਉਸ ਸਰ ਸਰ ਨੇ ਜਿੰਨਾ ਨਹੀਂ ਕਿਉਂਕਿ ਉਹ ਬਹੁਤ ਸੈਂਟਰ ਸਟੇਜ ਦੇ ਵਿੱਚ ਰਹਿੰਦੇ ਉਹ ਫੇਸ ਕਰਦੇ ਆ ਅਸੀਂ ਕਿਉਂਕਿ ਪੈਰੀਫਰੀ ਤੇ ਰਹਿਨੇ ਆ ਸਾਨੂੰ ਉਸ ਕਿਸਮ ਦਾ ਤਾਂ ਨਹੀਂ ਪਰ ਇੱਕ ਹੈ ਤੇ ਪੜੀ ਟੱਕੇ ਵਾਲੀ ਗੱਲ ਰੂਸ ਵਾਲੀ ਗੱਲ ਵੀ ਹੈ ਕਿ ਤੁਸੀਂ ਇੱਕ ਫਲਸਫੇ ਨੂੰ ਖਤਮ ਕਰਨ ਜਾ ਰਹੇ ਆ ਆਰਐਸਐਸ ਦੇ ਕੈਂਡ ਦੇ ਉੱਤੇ ਔਰ ਉਹਨਾਂ ਨੇ ਉੱਤੇ ਦੋਸ਼ ਲਾਇਆ ਕਿ ਚਾਰ ਛਿੱਲੜ ਕਿਥੋਂ ਲੈਣ ਲਈ ਜਾਂ ਕਿਤੇ ਡਿਸਪਰਪੋਰਚੁਨਿਟੀ ਐਸੈਟਸ ਬਣਾਉਣ ਲਈ ਜਾਂ ਜੋ ਵੀ ਹੁੰਦਾ منی ਲਾਂਡਰਿੰਗ ਸ਼ਬਦ ਵਰਤਦੇ ਆਓ ਕਿ منی ਲਾਂਡਰਿੰਗ ਲਈ ਕੋਈ ਛਿੱਲੜ ਛੋਦ ਪੁਣੇ ਦੇ ਵਿੱਚੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਕਿੱਡੀ ਮਾੜੀ ਗੱਲ ਇਹ ਤੇ ਹੋਰ ਵੀ ਮਾੜੀ ਗੱਲ ਹੈ ਕਿ ਜੇ ਤੁਸੀਂ ਕਿਸੇ ਇਗਨੋਰੈਂਸ ਚ ਕਰੋ ਕਿਸੇ ਦੇ ਬਹਿਕਾਵੇ ਜਾ ਕੇ ਕਰੋ ਗੱਲ ਲਾਲਚ ਚ ਜਾ ਕੇ ਕਰੋ ਨਿੱਜੀ ਮਫਾਦਾਂ ਲਈ ਕਰੋ ਜੋ ਕਿ ਜੇ ਬਾਰ-ਬਾਰ ਅਕਾਲੀਆਂ ਦੇ ਉੱਤੇ ਦੋਸ਼ ਲੱਗ ਰਿਹਾ ਤਾਂ ਫਿਰ ਇਹ ਹੋਰ ਵੀ ਬੇੜਾ ਵਿਖਣ ਵਾਲੀ ਗੱਲ ਹੈ ਸਾਨੂੰ ਸਾਰਿਆਂ ਨੂੰ ਇਸ ਗੱਲ ਤੇ ਸੀਰੀਅਸਲੀ ਵਿਚਾਰਨਾ ਚਾਹੀਦਾ ਇਹੀ ਕਾਰਨ ਹੈ ਕਿ ਮਹਾਰਾਸ਼ਟਰਾਂ ਵਾਲਿਆਂ ਦਾ ਬੋਰਡ ਬਣਾਉਣ ਦੇ ਵਿੱਚ ਇੰਨੀ ਹਿੰਮਤ ਪਈ ਤੇ ਤੁਹਾਡੀ ਜੁਰਤ ਨਹੀਂ ਹੈ ਕਿ ਉੱਥੇ ਜਾ ਕੇ ਮੋਰਚਾ ਲਾਓ ਕਿਉਂਕਿ ਤੁਸੀਂ ਤੇ ਉਹਨਾਂ ਦਾ ਪੱਲੂ ਫੜ ਲਈ ਬੈਠੇ ਹੋਏ ਆ ਕਿਹੜੇ ਵੇਲੇ ਫੜਾ ਦੇਣ ਸਹੀ ਤੁਸੀਂ ਦੇ ਫੱਟ ਨਾਲ ਹੀ ਨਾਲ ਕਦਮ ਬਾ ਕਦਮ ਚੱਲ ਕੇ ਤੇ ਨਾਲ ਹੀ ਤੁਰਾਂਗੇ ਇਹ ਇਹ ਹਾਲਾਤ ਬਣੀ ਹੋਈ ਆ ਅਫਸੋਸਜਨ ਖਲਾਤ हां बिल्कुल उथे ये भी त जिक्र ਕੀਤਾ ਜਾ ਰਿਹਾ ਕਿ ਤਾਂ ਕਹਿੰਦੇ ਸ਼ਰਮਨੀ ਕਮੇਟੀ ਜਿਹੜੀਆਂ ਕਿਤਾਬਾਂ ਚਪਕੀਆਂ ਜਾਂ ਹੋਰ ਪਤਾ ਨਹੀਂ ਕਿਹਦਾ ਹਵਾਲਾ ਦਿੱਤਾ ਗਿਆ ਕਿ ਇਤਿਹਾਸ 'ਚੇ ਕੁਝ ਨਿਕਲੇ ਤਾਂ ਫਿਰ ਹੁਣ ਸ਼ਰਮਨੀ ਕਮੇਟੀ ਨੂੰ ਚਾਹੀਦਾ ਹੈ ਕਿ ਇਹ ਸਾਰੇ ਬਾਰੇ ਜਿਹੜੀ ਉਹ ਮੁਕੰਮਲ ਜਾਣਕਾਰੀ ਲੋਕੜ ਦੇਣ ਕਿ ਆਰਐਸਐਸ ਕਿੱਥੇ ਕਿੱਥੇ ਤੱਕ ਅੰਦਰ ਦਾਖਲ ਹੋ ਚੁੱਕੀ ਹੈ ਤੇ ਹੋਰ ਕਿੰਨਾ ਕੁ ਉਹਨਾਂ ਦੀ ਦਖਲਅੰਦਾਜ਼ੀ ਹੋਰ ਲੈਣੀ ਹੈ ਜੇ ਬਾਕੀ ਇਹਦੇ ਵਿੱਚ ਕੋਈ ਸੱਚਾਈ ਹੈ ਸਿਰਸਾ ਸਾਹਿਬ ਵੀ ਸਬੂਤ ਦੇਣ ਸ਼ਰਮਨੀ ਕਮੇਟੀ ਵਾਲੇ ਵੀ ਦੇਣ ਤਾਂ ਕਿ ਪਤਾ ਲੱਗ ਸਕੇ ਫਿਰ ਸਭ ਆਖਰੀ ਟਿੱਪਣੀ ਲਵਾਂਗਾ ਕਿ ਹਰ ਜਿਹੜੇ ਯੋਗੀ ਦਿੱਤੇ ਰਾਤ ਨੇ ਯੂਪੀ ਦੇ ਮੁੱਖ ਮੰਤਰੀ ਬੜਾ ਵੱਡਾ ਦਾਵਾ ਕਰ ਰਹੇ ਨੇ ਕਿ ਸਾਨੂੰ ਤਾਂ ਬੁਲਾ ਰਹੇ ਨੇ ਕਹਿੰਦੇ ਅਸੀਂ ਤਾਂ ਹੁਣ ਕਾਸ਼ੀ ਦੀਵਾਰੀ ਆਣੀ ਹੈ ਮਤਲਬ ਕਿ ਸਮਝ ਲਿਆ ਜੀ ਮੁਕੰਮਲ ਤੌਰ ਤੇ ਹਿੰਦੂ ਰਾਸ਼ਟਰ ਚੱਲ ਰਿਹਾ ਤੇ ਹੁਣ ਕੋਈ ਜ਼ੋਰ ਨਹੀਂ ਉਹ ਆਪਣੇ ਟੰਗ ਦੇ ਨਾਲ ਹਰ ਥਾਂ ਦੇ ਉੱਤੇ ਆਪਣਾ ਦਾਵਾ ਜਿਤਾਉਂਗੇ ਦੇਖੋ ਮਾਂ ਭਾਰਤ ਦਾ ਉਹ ਇੱਕ ਐਗਜ਼ਾਮਪਲ ਦੇ ਕੇ ਅਸੈਂਬਲੀ ਦੇ ਅੰਦਰ ਕੀ ਕੁਝ ਚੱਲ ਰਿਹਾ ਦੇਖ ਲਓ ਹੁਣ ਤੁਸੀਂ ਉੱਥੇ ਦੇ ਕੇ ਕਿ ਉਹਨਾਂ ਨੇ 5 ਪਿੰਡ ਮੰਨੇ ਸੀ ਤੇ ਮੰਗੇ ਮੰਗੇ ਸੀ ਤੇ ਉਹਨਾਂ ਨੂੰ ਰਾਜ ਕਰਨ ਲਈ ਦਿੱਤੇ ਨਹੀਂ ਅਸੀਂ ਤੇ ਸਿਰਫ ਕਹਿੰਦੇ ਤੈਨੀ ਮੰਦਰ ਮੰਗਦੇ ਆ ਇੱਕ ਅਸੀਂ ਲੈ ਲਿਆ ਦੋ ਹੋਰ ਮੰਗਦੇ ਆ ਨੰਦੀ ਸਾਹਿਬ ਵੀ ਹੁਣ ਆਪਣਾ ਚੁੱਪ ਕਰਕੇ ਨਹੀਂ ਬਹਿਣ ਵਾਲੇ ਤੇ ਕ੍ਰਿਸ਼ਨ ਮਹਾਰਾਜ ਵੀ ਚੁੱਪ ਕਰਕੇ ਨਹੀਂ ਬਹਿਣ ਵਾਲੇ ਸਿੱਧਾ ਸਿੱਧਾ ਐਲਾਨ ਆ ਕਿ ਅਸੀਂ ਜੰਗ ਕਰਾਂਗੇ ਅਸੀਂ ਕਮਿਊਨਲ ਭਾਵਨਾਵਾਂ ਦੀ ਅੱਗ ਇੱਥੇ ਲਾਉਣੀ ਲਾਉਣੀ ਆ ਤੇ ਜਦੋਂ ਚੌਕੀਦਾਰ ਹੀ ਦੇਸ਼ ਦਾ ਦੁਸ਼ਮਣ ਹੋ ਜਾਊ ਤੇ ਦੇਸ਼ ਕਿਵੇਂ ਬਚੂਗਾ ਇਹ ਮੇਰੀ ਸਮਝ ਤੋਂ ਕਿ ਬਾਹਰ ਆ ਬਹੁਤ ਔਖੀ ਕੜੀ ਚੋਂ ਦੇਸ਼ ਗੁਜ਼ਰ ਰਿਹਾ ਔਰ ਇਹ ਲੋਕ ਜਿਹੜੇ ਪੀੜਾ ਪੰਜਾ ਚੜਾਉਂਦੇ ਆ ਜਾਂ ਜਿਹੜੇ ਸਿੱਧੀ ਸਿੱਧੀ ਜਿਹੜੀ ਨਫ਼ਰਤ ਵਾਲੀ ਜ਼ਹਿਰ ਭਰ ਰਹੇ ਆ ਲੋਕਾਂ ਦੇ ਮਨਾਂ ਚ ਸਿੱਧੇ ਸਿੱਧੇ ਧਰਮ ਦੀ ਜਿਹੜੀ ਦੁਰਵਰਤੋਂ ਕੀਤੀ ਜਾ ਰਹੀ ਆ ਔਰ ਇਲੈਕਸ਼ਨ ਕਮਿਸ਼ਨ ਜਾਂ ਦੇਸ਼ ਦੀਆਂ ਕੋਰਟਾਂ ਚੁੱਪ ਕਰਕੇ ਸੁਣ ਰਹੀਆਂ ਤੇ ਦੇਖ ਰਹੀਆਂ ਅੱਖਾਂ ਬੰਦ ਕਰਕੇ ਦੇਖਣਾ ਨਹੀਂ ਚਾਹੁੰਦੀਆਂ ਇਹ ਫਿਰ ਇੱਕ ਦਿਨ ਸਾਡੇ ਇਸ ਤੇ ਸਮਾਜ ਨੂੰ ਕਿਉਂਕਿ ਮੋਦੀ ਜੀ ਨੂੰ ਇਸ ਗੱਲ ਦੀ ਚਿੰਤਾ ਭਾਰਤ ਮਾਤਾ ਇੱਕ ਇੱਕ ਸਰੀਰ ਆ ਜਿਹੜਾ ਤੁਸੀਂ ਤੋੜਨ ਦੀ ਲਗਾਤਾਰ ਕੋਸ਼ਿਸ਼ ਕਰਦੇ ਆ ਧਰਮਾਂ ਦੇ ਨਾਂ ਦੇ ਉੱਤੇ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰ ਰਹੇ ਆ ਇਹ ਦੇਸ਼ ਨੂੰ ਕਮਜ਼ੋਰ ਕਰੂਗਾ ਇਹੋ ਹੀ ਥੋੜੂਗਾ ਇਹ ਫਿਰ ਸਾਊਥ ਵਾਲਿਆਂ ਦਾ ਤੇ ਨਾਰਥ-ਈਸਟ ਵਾਲਿਆਂ ਦਾ ਤੇ ਪੰਜਾਬ ਵਾਲਿਆਂ ਦਾ ਤੇ ਕਸ਼ਮੀਰ ਵਾਲਿਆਂ ਨੂੰ ਦੋਸ਼ ਨਾ ਦਿਓ ਇਹਦੇ ਜ਼ਿੰਮੇਵਾਰ ਤੁਸੀਂ ਹੋਵਾਂਗੇ ਜਿਸ ਕਿਸਮ ਦੀ ਨਫ਼ਰਤ ਲਗਾਤਾਰ ਤੁਸੀਂ ਅਸੈਂਬਲੀਆਂ ਦੇ ਅੰਦਰੋਂ ਜੀ ਮინისტრਾਂ ਦੇ ਪਦਰ ਦੇ ਉੱਤੇ ਲੋਕਾਂ ਦੇ ਵਿੱਚ ਭਰੀ ਤੁਰੇ ਜਾ ਰਹੇ। ਸ਼ੁਕਰੀਆ ਪ੍ਰੋਫੈਸਰ ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਮਿੰਦਰ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ।